ਇਹ ਤਾਂ ਪਿੱਛੇ ਆਂਟੀ ਆਏ ਸੀ ਤੇ ਉਹਨਾਂ ਨੇ ਆਪਦੇ ਬੱਚੇ ਦੀ ਫੋਟੋ ਬਣਵਾਈ ਸੀ ਦੀ ਉਹ ਆਂਟੀ ਦਾ ਛੱਤ ਸਾਡਾ ਜਵਾਬ ਸੀਗਾ ਉਹਨੂੰ ਪਤਾ ਹੀ ਤੀ ਹੁਣ ਪਿਆਰੀ ਡੈਥ ਹੋ ਰਹੀ ਜਵਾਬ ਦੀ ਉਹਨਾਂ ਨੇ ਦਿੱਤਾ ਰਹੀ ਮੁੰਡਾ ਟੈਟੂ ਬਣਾਉਂਦਾ ਉਹ ਉਹਨਾਂ ਬੱਚ ਦਿਲ ਦਿੱਤਾ ਰਹੀ ਮੈਂ ਫੋਟੋ ਜਵਾਬ ਤਾਂ ਰਿਹਾ ਨਹੀਂ ਅਤੇ ਮੈਂ ਮੁੰਡੇ ਨੂੰ ਆਪਦੇ ਨਾਲ ਰੱਖਣਾ ਹਮੇਸ਼ਾ ਦੇ ਲਈ ਅਤੇ ਉਹ ਟੈਟੂ ਪਾਉਣ ਦੀ ਖਾਤਰ ਹੀ ਇੰਡੀਆ ਆਏ। ਅੱਛਾ ਗਿੱਲ ਵੀਰੇ ਤੁਹਾਡੀ ਤੁਸੀਂ ਥੋੜ੍ਹੇ ਦਿਨ ਪਹਿਲਾਂ ਪੋਸਟ ਪਾਈ ਸੀਗੀ ਤੁਸੀਂ ਇੱਕ ਟੈਟੂ ਬਣਾਇਆ ਸੀ ਕੁੜੀ ਦੇ ਉਹ ਪੋਸਟ ਨੂੰ ਲੈ ਕੇ ਮੈਨੂੰ ਲੱਗਾ ਕਿਤੇ ਨਾ ਕਿਤੇ ਕਾਫੀ ਟਿੱਪਣੀ ਕੀਤੀ ਗਈ ਬੈਡ ਕਮੈਂਟਸ ਆਏ ਉਹਦੇ ਕੀ ਰਿਐਲਿਟੀ ਕੀ ਸੀ? ਜਿਵੇਂ ਇੱਥੋਂ ਮੁੰਡੇ ਨੇ ਕਮੈਂਟ ਕੀਤਾ ਰਹਿੰਦਾ ਹਾਏ ਨਜ਼ਾਰੇ ਆ ਇਹਦੇ ਤਾਂ ਤੀ ਅਸੀਂ ਵੀ ਟੈਟੂ ਬਣਾਉਣੇ ਸ਼ੁਰੂ ਕਰ ਦਈਏ ਫਿਰ ਕਿਸੇ ਭੈਣ ਨੇ ਉਹਦਾ ਜਵਾਬ ਦਿੱਤਾ ਕਹਿੰਦੀ ਸ਼ੁਰੂ ਆਪਦੀ ਭੈਣ ਤੋਂ ਤਾਂ ਲਈ ਇੱਦਾਂ ਹੀ ਇੱਥੋਂ ਸਾਨੂੰ ਫੋਨ ਆਇਆ ਬਠਿੰਡੇ ਤੋਂ ਅਤੇ ਵੱਡੇ ਭਰਾ ਨੇ ਫੋਨ ਚੱਤਿਆ ਕਹਿੰਦਾ ਬਾਈ ਆਹ ਮਸ਼ੀਨਾਂ ਮਸ਼ੀਨਾਂ ਕਿੱਥੋਂ ਮਿਲਦੀਆਂ ਕਹਿੰਦਾ ਵੀਰਾ ਨਾਲ ਕਹਿੰਦਾ ਬਾਪੂ ਨਾਲ ਤਾਂ ਕੋਈ ਕੰਮ ਤਾਂ ਲੈ ਮੈਂ ਸੋਚਿਆ ਟੈਟੂ ਬਣਾਉਣ ਲੱਗ ਪਈ ਪਹਿਲਾਂ ਕੀ ਹੁੰਦਾ ਸੀਗਾ ਵੀ ਲੋਕ ਜੇ ਕਿਸੇ ਦੇ ਟੈਟੂ ਬਣਾਇਆ ਹੋਇਆ ਸਪੈਸ਼ਲੀ ਜੇ ਕੁੜੀ ਦੇ ਤਾਂ ਉਹਨੂੰ ਜੱਜ ਕਰਦੇ ਸੀਗੇ ਵੀ ਇਹ ਕੁੜੀ ਡਿਫਾਲਟਰ ਹੈ ਟੈਟੂ ਤਾਂ ਲਈ ਇੱਥੇ ਤਲਾ ਨਹੀਂ ਹੈਰੀ ਇਹਦੇ ਵਿੱਚ ਮੈਡੀਕਲ ਲੈਣ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਜੇ ਆਪਾਂ ਉਹ ਚੀਜ਼ਾਂ ਧਿਆਨ ਨਹੀਂ ਰੱਖਦੇ ਤਾਂ ਬਹੁਤ ਭੈੜੀਆਂ ਬਿਮਾਰੀਆਂ ਹੋ ਸਕਦੀਆਂ ਜਿਹਦੇ ਡਿਜ਼ਾਇਨ ਮੇਰੇ ਬਣਾਏ ਹੋਏ ਸੀਗੇ ਉਹ ਬਾਹਰਲੇ ਬਹੁਤ ਫੇਮਸ ਆਰਟਿਸਟ ਆ ਉਹਨਾਂ ਨੇ ਉਦੋਂ ਬਾਹਰ ਕਾਪੀ ਮਾਰੇ ਆ ਥਾਨ ਵੀਰਾ ਹੁਣ ਰੀਸੈਂਟਲੀ ਬਣਾਉਂਦੇ ਹਟਿਆ ਥਾਂ ਭੈਣੀ ਦੇ ਹਿੰਮਤ ਸੰਧੂ ਵੀਰੇ ਬਣਾਇਆ ਨਵਿੰਦਰ ਜਿਹਦਾ ਥੋੜ੍ਹੇ ਦਿਨਾਂ ਦਾ ਦੱਸਿਆ ਸ਼ਿੱਪੀ ਵੀਰੇ ਦੇ ਵੀਰਾ ਨਾਲ ਆਪਾਂ ਟੈਟੂ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਗੁਰਪ੍ਰੀਤ ਸਿੰਘ ਬਲ ਤੁਸੀਂ ਵੇਖ ਰਹੇ ਹੋ ਜ਼ਿੰਦਾਬਾਦ ਚੈਨਲ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਇੱਕ ਗੱਲ ਆਪਾਂ ਅਕਸਰ ਦੇਖੀ ਹੋਊਗੀ ਕਿ ਆਪਾਂ ਚਾਹੇ ਜਦ ਸਟੂਡੈਂਟ ਹੁੰਦੇ ਹਾਂ ਚਾਹੇ ਆਪਾਂ ਸਕੂਲ ਦੇ ਵਿੱਚ ਹੋਈਏ ਜਾਂ ਕਾਲਜ ਦੇ ਵਿੱਚ ਹੋਈਏ ਹਰੇਕ ਤਰ੍ਹਾਂ ਦੀ ਵਰਾਇਟੀ ਆਪਾਂ ਨੂੰ ਉਹਦੇ ਕਲਾਸ ਦੇ ਵਿੱਚ ਮਿਲ ਜਾਂਦੀ ਹੈ ਇੱਕ ਹੁੰਦੇ ਨੇ ਜੀ ਬਾਲੇ ਪੜਾਕੂ ਫਸਟ ਬੈਂਚਰਸ ਜਿਹੜੇ ਕਾਪੀਆਂ ਪੜ੍ਹ ਪੜ੍ਹ ਕੇ ਕਾਲੀਆਂ ਕਰਦੇ ਨੇ ਇੱਕ ਹੁੰਦੇ ਨੇ ਆਸ਼ਕ ਅਤੇ ਇੱਕ ਹੁੰਦੇ ਨੇ ਕਾਪੀਆਂ ਕਾਲੀਆਂ ਕਰਨ ਵਾਲੇ ਪਰ ਉਹ ਹੁੰਦੇ ਨੇ ਡਰਾਇੰਗ ਵਾਲੇ ਜਿਹੜੇ ਕਲਾਕ੍ਰਿਤੀਆਂ ਬਣਾ ਕੇ ਆਪਣੀਆਂ ਕਲਾ ਦੇ ਨਾਲ ਕਾਪੀਆਂ ਕਾਲੀ ਕਰਦੇ ਨੇ ਇੱਕ ਐਸੇ ਹੀ ਸ਼ਖਸ ਦੇ ਨਾਲ ਅੱਜ ਥੋੜੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਬਾਈ ਦਾ ਨਾਮ ਹੈ ਜੀ ਰਣਦੀਪ ਸਿੰਘ ਗਿੱਲ ਉਰਫ ਆਰਟਿਸਟ ਗਿੱਲ ਬਾਈ ਨੂੰ ਇੰਡਸਟਰੀ ਦੇ ਵਿੱਚ ਆਰਟਿਸਟ ਗਿੱਲ ਦੇ ਨਾਮ ਤੋਂ ਜਾਣਦੇ ਨੇ ਅਤੇ ਬਾਈ ਅੱਜ ਸਾਡੇ ਨਾਲ ਮੌਜੂਦ ਨੇ ਬਾਈ ਦੇ ਨਾਲ ਬਾਈ ਦੀ ਲਾਈਫ ਬਾਰੇ ਖੁੱਲ੍ਹ ਕੇ ਗੱਲਬਾਤ ਕਰਾਂਗੇ ਅਤੇ ਬਹੁਤ ਚੰਗੀਆਂ ਗੱਲਾਂ ਜਿਹੜੀ ਟੈਟੂ ਬਣਾਉਣ ਦੇ ਬਾਰੇ ਬਾਈ ਤੋਂ ਅੱਜ ਪੁੱਛਾਂਗੇ ਬਾਈ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਦੇ ਹਾਂ ਵੀਰੇ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਤੁਹਾਡਾ ਧੰਨਵਾਦ ਵੀਰੇ ਤੁਸੀਂ ਪਹੁੰਚੇ ਇੱਥੇ ਆਪਦਾ ਟਾਈਮ ਦਿੱਤਾ ਸਾਨੂੰ ਅਤੇ ਹੋਰ ਠੀਕ ਠਾਕ ਹੋ ਬਾਈ ਬਹੁਤ ਵਧੀਆ ਵੀਰੇ ਮੈਂ ਨਾ ਇੱਕ ਸਵਾਲ ਹਮੇਸ਼ਾ ਪੁੱਛਦਾ ਹੀ ਹੁੰਦਾ ਲੋਕਡਾਊਨ ਕਿਵੇਂ ਦਾ ਰਿਹਾ ਲੋਕਡਾਊਨ ਵੀਰੇ ਪੱਬਜੀ ਜਿੰਦਾਬਾਦ ਐਕਚੁਅਲੀ ਮੈਂ ਬੜਾ ਮੈਚ ਕੀਤਾ ਮੈਨੂੰ ਓਇਲ ਪੇਂਟਿੰਗ ਲਈ ਟਾਈਮ ਨਹੀਂ ਨਿਕਲਦਾ ਸੀਗਾ ਪਹਿਲਾਂ ਮੈਂ ਪੇਂਟਿੰਗ ਚੱਲਦਾ ਹੁੰਦਾ ਸੀਗਾ ਅਤੇ ਲੋਕਡਾਊਨ ਦੇ ਅੰਦਰ ਮੇਰਾ ਸਾਰਾ ਸਮਾਨ ਟਰਾਲੀ 'ਚ ਸਾਨੂੰ ਜਾਣਾ ਪੈ ਰਿਹਾ ਅਚਾਨਕ ਲੋਕਡਾਊਨ ਦੀ ਉਵੇਂ ਘੋਸ਼ਣਾ ਹੋ ਰਹੀ ਸੀਗੀ ਅਤੇ ਆਈਡੀਆ ਲੱਗ ਰਿਹਾ ਸੀਗਾ ਵੀ ਹੁਣ ਪਤਲਾ ਬੰਦ ਤੋਰੋ ਦੇ ਜਿਵੇਂ ਉਹਨਾਂ ਨੇ ਇੱਕ ਦੇ ਅੰਦਰ ਲੋਕਡਾਊਨ ਦਿੱਤਾ ਸੀਗਾ ਉਦੋਂ ਹੀ ਦਿਮਾਗ ਨੂੰ ਹੋ ਰਿਹਾ ਸੀਗਾ ਵੀ ਇਹਨਾਂ ਨੇ ਵਧਾਉਣਾ ਅਤੇ ਅਸੀਂ ਚਲੋ ਘਰਦਿਆਂ ਦਾ ਫੋਨ ਆ ਰਿਹਾ ਚੱਲ ਦੇ ਘਰੇ ਮੇਰੇ ਪੇਂਟਿੰਗ ਬਰੋਸ ਸਾਰਾ ਸਮਾਨ ਮੇਰਾ ਇੱਥੇ ਹੀ ਰਹਿ ਰਿਹਾ ਸਟੂਡੀਓ ਹੀ ਅਤੇ ਮੇਰਾ ਬੜਾ ਮਨ ਸੀਗਾ ਮੇਰਾ ਜੇ ਟਾਈਮ ਮਿਲਦਾ ਤਾਂ 2 ਮਹੀਨੇ ਵਿਹਲੇ ਸੀਗੇ ਅਤੇ ਦੁਕਾਨਾਂ ਸਾਰਾ ਉਦੋਂ ਬੰਦ ਹੋ ਰਿਹਾ ਅਤੇ ਉਹ ਮੇਰਾ ਪੇਂਟਿੰਗ ਦਾ ਤੀੜਾ ਵਿੱਚ ਹੀ ਰਹਿ ਰਿਹਾ ਮੈਨੂੰ ਓਇਲ ਪੇਂਟਿੰਗ ਦਾ ਬੜਾ ਸ਼ੌਂਕ ਆ ਅਤੇ ਮੈਂ ਸੋਚ ਰਿਹਾ ਹੁੰਦਾ ਜਦੋਂ ਵਿਹਲਾ ਟਾਈਮ ਮਿਲੇ ਤਾਂ ਤਰਾਂ ਅਤੇ ਉਹਨੇ ਟਾਈਮ ਬਹੁਤ ਲੈਂਦੀ ਆ ਉਹ ਚੀਜ਼ ਅਤੇ ਬਾਅਦ 'ਚ ਬੜਾ ਮੈਸੇਜ ਦਿੱਤਾ ਫਿਰ ਬਸ ਫੋਨ ਤੋਲ ਸੀਗੇ ਫਿਰ ਪਬਜੀ ਸੀ 2 ਮਹੀਨੇ ਪਬਜੀ ਰੈਡੀ ਕਿਆ ਬਾਤ ਹੈ ਕਿਆ ਬਾਤ ਹੈ ਅਤੇ ਬਾਈ ਆਪਾਂ ਮੈਂ ਜ਼ਰੂਰ ਜਾਣਨਾ ਚਾਹੂੰਗਾ ਤੁਹਾਡੇ ਪਿਛੋਕੜ ਬਾਰੇ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਕਿਹੜਾ ਤੁਹਾਡਾ ਪਿੰਡ ਹੈ ਫੈਮਿਲੀ ਦੇ ਵਿੱਚ ਕੌਣ ਕੌਣ ਨੇ ਜ਼ਰੂਰ ਦੱਸੋ ਜੀ ਮੈਂ ਤਲਦਾ ਬਿਲੋਂਗ ਗੁਰੂ ਸਾਹਿਬ ਸੁਧਾਰ ਤੋਂ ਅਤੇ ਸਾਡੇ ਪਿੰਡ 6ਵੇਂ ਪਾਤਸ਼ਾਹੀ ਦੀ ਸ਼ੋ ਪ੍ਰਾਪਤ ਆ 10ਵੇਂ ਪਾਤਸ਼ਾਹ ਜੀ ਵੀ ਹੋਦੇ ਰਹੇ ਆ ਅਤੇ ਉਹਨਾਂ ਦਾ ਗੁਰਦੁਆਰਾ ਸਾਹਿਬ ਬਣਿਆ ਅਤੇ ਉਹਨਾਂ ਦੇ ਇੱਕ ਮੇਨ ਜੋੜਾ ਜੀ ਉਹ ਸਾਡੇ ਪਰਿਵਾਰ ਵਿੱਚ ਹੀ ਆ ਮੇਰੀ ਇੱਕ ਪੇਂਟਿੰਗ ਵੀ ਬਣਾਈ ਹੋਈ ਇਸ ਨੂੰ ਮੈਂ ਬਾਅਦ 'ਚ ਦਿਖਾਉਂਦਾ ਵਾਂ ਅਤੇ ਅਸੀਂ ਉਹ ਪਰਿਵਾਰ ਦੇ ਹਿੱਸੇ ਹਾਂ ਸਾਡੇ ਜਿੱਦਾਂ ਸਾਡੇ ਦਾਦਿਆਂ ਪਰਦਾਦਿਆਂ 'ਚ ਸੀਗੇ ਉਹ ਅਤੇ ਸਾਡਾ ਉਹਨਾਂ ਦੀ ਕਿਰਪਾ ਅਤੇ ਇੱਧਰ ਨੂੰ ਆ ਰਹੇ ਅਤੇ ਉਦੋਂ ਬਾਅਦ ਤੀਨੋਂ ਲੈਂਦੇ ਆ ਮੇਰੇ ਫਾਦਰ ਸਾਹਿਬ ਉਹਨਾਂ ਨੇ ਸਪੋਰਟ ਹਮੇਸ਼ਾ ਦਿੱਤੀ ਆ ਨਹੀਂ ਤਾਂ ਲੋਕਾਂ ਦੇ ਮਾਪੇ ਹੁੰਦੇ ਆ ਰੋਤ ਰਹੇ ਆ ਅਤੇ ਉਹਨਾਂ ਨੇ ਤਰੇ ਨਹੀਂ ਰੋਤਿਆ ਉਹਨਾਂ ਦੇ ਚੱਲ ਜੋ ਤਾਂ ਦਿਲ ਰਲਦਾ ਤਰੀ ਆ ਅਤੇ ਬਸ ਪਰਮਾ ਹੁੰਦੇ ਹੁੰਦੇ ਬਸ ਛੋਟੇ ਹੁੰਦੇ ਡਰਿਆਂ ਦਾ ਸੌਂਕ ਸੀਗਾ ਛੋਟੇ ਹੁੰਦੇ ਤੋਂ ਹੀ
ਉਹ ਵਧੀ ਰਿਹਾ ਪਤਾ ਨਹੀਂ ਚੱਲਿਆ। ਛੋਟੇ ਹੁੰਦੇ ਫਿਰ ਡਰਾਇੰਗ ਕੰਪੀਟੀਸ਼ਨਾਂ ਦੇ ਵਿੱਚ ਵੀ ਪਾਰਟਿਸਿਪੇਟ ਕਰਦੇ ਹੋਵੋਗੇ? ਕੰਪੀਟੀਸ਼ਨ ਤਾਂ ਮੈਂ ਬੜਾ ਡਰਦਾ ਰਿਹਾ ਜੀ, ਮੈਂ ਹੁਣ ਵੀ ਨਹੀਂ ਡਰਦਾ, ਮੈਨੂੰ ਘਬਰਾਹਟ ਹੁੰਦੀ ਹੈ ਤਾਂ ਅੰਦਰੋਂ। ਮੈਂ ਹੈ ਨਾ ਇਹ ਇੱਥੋਂ ਹੁੰਦੇ ਜੇ ਸਟੇਜ 'ਤੇ ਥਲ 'ਤੇ ਬੋਲਦੇ ਆ ਲੋਕ, ਮੈਂ ਉਹਨਾਂ 'ਚ ਨਹੀਂ ਹੈਗਾ, ਮੈਂ ਹੈਗਾ ਵਾਂ ਤੀ ਮੈਂ ਸਟੇਜ 'ਤੇ ਥਲ 'ਤੇ ਬੋਲਾਂ ਊਂ ਉੱਦਾਂ ਮੇਰੇ ਤੋਂ ਜਿੰਨਾ ਮਰਜ਼ੀ ਬੁਲਾ ਲਓ। ਜਦੋਂ ਸਟੇਜ 'ਤੇ ਜਾਂਦੇ ਤੁਸੀਂ ਤਾਂ ਉਹ ਸਪੀਚ ਦਿਉ, ਨਹੀਂ ਤਾਂ ਲੋਕਾਂ ਦੇ ਸਾਹਮਣੇ ਪਰਫੋਰਮੈਂਸ ਤੋਰੋ, ਮੇਰੇ ਤੋਂ ਉਹ ਨਹੀਂ ਹੁੰਦੀ। ਮੈਂ ਉਹ ਚੀਜ਼ 'ਚ ਬੜਾ ਸਹੀ ਹਾਂ, ਤਾਂ ਉਹ ਚੀਜ਼ ਵਾਲੀ ਮੈਂ ਮਾੜਾ ਪਿੱਛੇ ਰਹਿ ਰਿਹਾ। ਮੈਂ ਕੰਪਟੀਸ਼ਨ 'ਚ ਗਿਆ ਨਹੀਂ ਹੈਗਾ, ਮੈਨੂੰ ਬਸ ਝਿੱਜਦ ਹੀ ਹੁੰਦੀ ਸੀਗੀ, ਤਾਂ ਉਹ ਦਿਲ ਦਾ ਹੋਊਗਾ ਇਹ ਨਹੀਂ ਖੁੱਲਿਆ ਸੀਗਾ। ਅਤੇ ਪਰਿਵਾਰ ਵਾਲਿਆਂ ਨੂੰ ਕਦੋਂ ਪਤਾ ਲੱਗਿਆ ਵੀ ਜਿਹੜੇ ਰਣਦੀਪ ਸਿੰਘ ਯਾਨੀ ਕਿ ਆਰਟਿਸਟ ਗਿੱਲ ਦੇ ਨਾਮ ਤੋਂ ਜਿਹੜੇ ਅੱਜ ਸਾਥ ਤੁਹਾਨੂੰ ਸਾਰੇ ਜਾਣਦੇ ਨੇ ਵੀ ਇਹ ਸ਼ੌਂਕ ਰੱਖਦਾ ਮੁੰਡਾ, ਮਤਲਬ ਕਿ ਕਲਾਕ੍ਰਿਤੀਆਂ ਦਾ, ਡਰਾਇੰਗ ਦਾ ਸ਼ੌਂਕ? ਮੇਰੇ ਮੰਮਾ ਤਾਂ ਮੈਨੂੰ ਬਹੁਤ ਝਿੜਦੇ ਹੁੰਦੇ, ਉਹਨਾਂ ਤੋਂ ਟੁੱਟ ਵੀ ਬਥੇਰੀ ਵਾਰ ਪਈ ਆ ਮੇਰੇ, ਹੈ ਨਾ, ਕਹਿੰਦੇ ਤਾਪੀਆਂ ਤਾਲੀਆਂ ਤਰੀ ਜਾਂਦਾ, ਪੜ੍ਹਦਾ ਨਹੀਂ ਪਿਆ, ਪੜ੍ਹਾਈ ਵੱਲ ਧਿਆਨ ਨਹੀਂ ਦਿੰਦਾ, ਹੈ ਨਾ, ਬਥੇਰਾ ਉਹਨਾਂ ਨੇ ਮੈਨੂੰ ਕਹਿਣਾ, ਕਹਿੰਦੇ ਤੈਨੂੰ ਸਤੂਲੋਂ ਹਟਾ ਦੇ, ਭਾਂਡੇ ਮਾਂਜਣ ਲਾ ਦਾਂ ਦੇ, ਉਹੀ ਜਿਵੇਂ ਸਤੂਲਾਂ ਧਮਕੀਆਂ ਦਿੰਦੇ ਹੁੰਦੇ ਆ ਮਾਪੇ, ਅਤੇ ਬੜਾ ਕੁਛ ਉਹਨਾਂ ਨੇ ਪਿਆ। ਮੈਨੂੰ ਹੁੰਦਾ ਸੀਗਾ ਜਦੋਂ ਟੀਚਰ ਪੜ੍ਹਾਉਂਦੇ ਸੀਗੇ, ਮੈਂ ਤੁਸਾਂ ਨਾਲ ਤੁਸੀਂ ਬਣਾਈ ਜਾਣਾ, ਅਤੇ ਉਹਨਾਂ ਨੇ ਤੁਸੀਂ ਪੜ੍ਹਾਈ ਜਾਣਾ, ਮੈਨੂੰ ਇੱਕ ਐਡਵਾਂਟੇਜ ਹੋਦੀ ਸੀ, ਮੇਰੀ ਆਵਾਜ਼ ਮਾੜੀ ਜਿਹੀ ਸਲਿੱਪ ਆਉਂਦੀ ਹੈ ਇੱਕ ਦੋ ਅੱਖਰ, ਅਤੇ ਮੈਂ ਮਾੜਾ ਤੁਤਲਾ 'ਤੇ ਬੋਲਦਾ, ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਮੈਨੂੰ ਪਿਆਰ ਤਲਦੇ ਆ ਜਾਂ, ਅਤੇ ਮੈਂ ਇਹਦੇ 'ਚ ਲੁਕਾਉਂਦਾ ਨਹੀਂ, ਹਰ ਮੇਰੇ ਤਲਦੇ ਰਹਿੰਦੇ ਦੀ ਆਹ ਚੀਜ਼ਾਂ ਹਾਈਡ ਰੱਖ, ਮੰਮੀ ਕਹਿੰਦੇ ਹੁੰਦੇ ਮੋਸਟਲੀ, ਪਰ ਡੈਡੀ ਕਹਿੰਦੇ ਜੋ ਚੀਜ਼ ਹੈਗੀ ਆ ਤਾਂ ਹੈਗੀ ਆ। ਅਤੇ ਮੈਂ ਇੱਕ ਚੀਜ਼ ਹੈ ਸ਼ੁਰੂ ਤਾਂ ਹੀ ਪਰਮਾਤਮਾ ਤਲਦਾ, ਕਹਿੰਦੇ ਹੁੰਦੇ ਜੇ ਕਿਸੇ 'ਚ ਤੁਸੀਂ ਪਰਮਾਤਮਾ ਇੱਕ ਚੀਜ਼ ਲੈ ਲੈਂਦਾ ਵਾ, ਉਲਟਾ ਦਿੰਦਾ ਵੀ ਆ। ਤੁਸੀਂ ਦੇਖਿਆ ਹੋਣਾ ਤਾਂ ਜਿਹਨਾਂ ਭਰਾਵਾਂ ਦੀ ਲੱਤ ਵੱਲੀਓਂ ਮਾੜੇ ਜੇ ਅਪਾਹਿਜ ਹੁੰਦੇ ਆ, ਨਾ ਕੋਈ ਕੋਈ ਟੱਚ ਰਿਹਾ ਹੁੰਦਾ ਸਰੀਰ 'ਚ, ਉਹਨਾਂ ਵੱਲੀਓਂ ਪਰਮਾਤਮਾ ਵੱਲੀ ਉਹਨਾਂ ਨੂੰ ਇੱਕ ਦੇਣ ਵੱਧ ਹੁੰਦੀ ਆ, ਉਹ ਦਿਮਾਗ ਦੇ ਬਥੇਰੇ ਤੇਜ਼ ਹੁੰਦੇ ਆ, ਨਹੀਂ ਉਹ ਤੁਸੀਂ ਉੱਦਾਂ ਹੀ ਸਰ ਆਹ ਚੀਜ਼ ਲੈ ਤੇ ਪਰਮਾਤਮਾ ਨੇ ਕਲਾ ਵੱਧ ਦਿੱਤੀ। ਅਤੇ ਹੋਰ ਬਥੇਰੇ ਆਰਟਿਸਟ ਆ ਵਧੀਆ ਵਧੀਆ ਬੈਠੇ ਆ, ਪਰ ਫਿਰ ਵੀ ਪਰਮਾਤਮਾ ਵੱਲੀਓਂ ਵਧੀਆ ਪਿਆਰ ਮਿਲ ਰਿਹਾ, ਨੇਮ ਆ ਅਤੇ ਸਾਰੇ ਪਿਆਰ ਵੀ ਕਰ ਰਹੇ ਨੇ ਅੱਜ ਕੱਲ੍ਹ ਤਾਂ। ਮਤਲਬ ਕਿ ਜੇ ਕਹਿੰਦੇ ਨੇ ਵੀ ਜੇ ਟੈਟੂ ਬਣਾਉਣਾ ਤਾਂ ਬਈ ਆਰਟਿਸਟ ਗਿੱਲ ਕੋ ਬਣਾਓ, ਨਹੀਂ ਤਾਂ ਨਾ। ਨਹੀਂ ਭਰਾਵਾਂ ਦਾ ਪਿਆਰ ਆ ਵੀਰੇ, ਅਤੇ ਆਪਦੇ ਵੱਲੋਂ ਮੈਂ ਕੋਸ਼ਿਸ਼ ਕਰਦਾ ਹੁੰਦਾ ਵਾਂ, ਅਤੇ ਹਰੇਕ ਜੋ ਵੀ ਕੰਮ ਮੈਂ ਤਲਦਾ ਵਾਂ ਮੈਂ ਉਹਨੂੰ ਨਵਾਂ ਸਮਝ 'ਤੇ ਤਲਦਾ, ਅਤੇ ਇੱਦਾਂ ਤਲਦਾ ਵੀ ਆਹ ਰੀਝ ਲਾਉਣੀ ਆ, ਜਾਨ ਫੂਕਣੀ ਆ ਜਿੰਨੀ ਮੈਂ ਦੇ ਸਕਦਾ ਉਹਦੇ ਵਿੱਚ, ਅਤੇ ਸ਼ਾਇਦ ਤਾਂ ਹੀ ਕੰਮ ਦੇ ਨਾਲ ਵਫਾਦਾਰੀ ਕਰੋ ਉਹਦੇ ਵੀਰੇ, ਕੰਮ ਤੁਹਾਡੇ ਨਾਲ ਵੀ ਕਰੂਗਾ। ਜੇ ਆਪਾਂ ਕੰਮ ਵਿੱਚ ਚੁਸਤ ਚਲਾਤੀਆਂ ਤਾਨੀਆਂ ਅਤੇ ਬਸ ਫਾਹਾ ਵੱਢ ਤਮ ਤਾਂ 'ਤੇ ਪਹਿਰਾਂ ਤਾਨਾ, ਫਿਰ ਪਰਮਾਤਮਾ ਵੀ ਨਹੀਂ ਸੌਂਦਾ। ਕੰਮ ਦੇ ਨਾਲ ਇਮਾਨਦਾਰ ਰਹਿਣਾ ਜ਼ਰੂਰੀ ਆ, ਜ਼ਰੂਰੀ ਆ। ਇੱਕ ਬਾਈ ਸਾਨੂੰ ਵਾਕਈ ਇਹ ਵੀ ਪਤਾ ਲੱਗਿਆ ਵੀ ਕਹਿੰਦੇ ਜਦ ਛੋਟੇ ਹੁੰਦੇ ਸਕੂਲ 'ਚ ਪੜ੍ਹਦੇ ਸੀ ਮਾਸਟਰ ਨੇ ਕਾਪੀ ਪਾੜਤੀ ਸੀ। ਉਹ ਐਕਚੁਲੀ ਮੈਂ ਸਾਡੇ ਨਾ ਉੱਥੇ ਸਿਧਾਰਥ ਕਾਲਜ ਆ, ਅੱਛਾ ਸਕੂਲ ਆ ਸਾਡਾ ਗੁਰੂ ਸਾਹਿਬ ਨਾ ਹੈਗਾ ਵਾ ਸਕੂਲ, ਅਤੇ ਨਾ ਹੈਗਾ ਬੀ ਐਡ ਕਾਲਜ, ਅਤੇ ਬੜਾ ਫੇਮਸ ਬੀ ਐਡ ਕਾਲਜ ਆ, ਜੀ ਐਚ ਈ ਖਾਲਸਾ ਬੀ ਐਡ ਕਾਲਜ ਅਤੇ ਸਮਥਿੰਗ ਨੇਮ ਆ ਉਹਨਾਂ ਦਾ। ਅਤੇ ਉੱਥੇ ਬੀ ਐਡ ਦੇ ਉਹ ਜਿੱਦਾਂ ਉਹਨਾਂ ਹੋਮਵਰਕ ਮਿਲਦਾ ਹੁੰਦਾ ਸੀ, ਤੁਸੀਂ ਉਵੇਂ ਸੀਟਾਂ ਬਣਾਉਣੀਆਂ, ਡਰਾਇੰਗ ਸੀਟਾਂ ਬਣਾਉਣੀਆਂ, ਜਿਵੇਂ ਤੁਸੀਂ ਸਟੋਰੀ ਦੇ ਦੇਣੀ ਅਤੇ ਉਹ ਸਟੋਰੀ ਤੋਂ ਇਮੈਜੀਨੇਸ਼ਨ ਤੱਕ ਤੁਸੀਂ ਡਰਾਇੰਗ ਬਣਾਉਣੀ ਆ। ਉਹਨਾਂ ਨੂੰ ਜਿੱਦਾਂ ਸਾਨੂੰ ਲੈ ਕੇ ਜਾਂਦੇ ਹੁੰਦੇ ਸਟੂਲ ਵਾਲੇ ਬੱਚਿਆਂ ਨੂੰ ਕਲਾਸਾਂ ਲਵਾਂ, ਉਹਨਾਂ ਨੂੰ ਟੀਚਿੰਗ ਦੀ ਰਿਹਾਇਸ਼ ਕਰਾਉਣ ਵਾਸਤੇ, ਉੱਥੋਂ ਤੁਸੀਂ ਉਹਨਾਂ ਨੂੰ ਪਤਾ ਚੱਲ ਰਿਹਾ ਤੀ ਆਹ ਮੁੰਡਾ ਡਰਾਇੰਗ ਚੱਲਦਾ, ਤੇਰਾ ਹੱਥ ਸਾਫ਼ ਆ। ਜਦੋਂ ਮੈਂ ਉੱਥੇ ਉਹਨਾਂ ਦੀਆਂ ਕਾਪੀਆਂ 'ਤੇ ਮੈਂ ਬਣਾਉਣ ਲੱਗ ਪਿਆ, ਮੈਨੂੰ ਸ਼ੌਂਕ ਸੀ ਤਾਂ ਉਹ ਬਣਾਉਂਦੇ ਪਏ ਸੀ, ਮੈਂ ਦੇਖ ਕੇ ਬਣਾਉਣ ਲੱਗ ਪਿਆ, ਤਾਂ ਉਹ ਮੈਨੂੰ ਉੱਥੋਂ ਕੰਮ ਮਿਲਣਾ ਸ਼ੁਰੂ ਹੋ ਰਿਹਾ, ਅਤੇ ਸਾਨੂੰ ਸਾਡੀਆਂ ਸੀਟਾਂ ਬਣਾ ਲਿਆ ਤਾਂ ਸਾਡਾ ਇੱਦਾਂ ਤਲਦਿਆ ਤਾਂ ਰਹਿਣਾ ਉਹਨਾਂ ਨੂੰ, ਤਾਂ ਆਪ ਨੂੰ ਟ੍ਰੇਨ ਨਹੀਂ ਆਉਂਦੀ ਸੀਗੀ। ਅਤੇ ਮੈਨੂੰ ਵਧੀਆ, ਮੈਂ ਪਲੱਸ ਵਨ 'ਚ ਹੁੰਦਾ ਸੀ, ਮੈਨੂੰ ਵਧੀਆ ਪੈਸੇ ਬਣ ਜਾਂਦੇ ਹੁੰਦੇ ਸੀਗੇ, ਮੈਂ ਹੱਥ ਪਲਸ ਹੋਈ ਜਾਂਦਾ ਸੀ। ਅਤੇ ਇੱਦਾਂ ਹੀ ਹੈ ਨਾ, ਇੱਕ ਮੈਂ ਫਾਈਲ ਬਣਾਈ ਜਿੱਦਾਂ ਪੂਰੀ ਰਾਤ ਜਾ ਕੇ ਮੈਂ ਬਣਾਇਆ, ਦੂਜੇ ਦਿਨ ਉਹਨੂੰ ਮੁੰਡੇ ਨੂੰ ਦੇਣੀ ਸੀਗੀ ਉੱਥੇ ਕਾਲਜ, ਅਤੇ ਮੈਂ ਬਸ ਸਹਿ ਸਭਾਏ ਦੇਖਦਾ ਪਿਆ ਸੀਟਾਂ, ਮੇਰੇ ਨਾਲ ਦੇ ਦੋਸਤ ਇਹਨੇ ਬੜੀਆਂ ਸੋਹਣੀਆਂ ਬਣਾਈਆਂ ਦਿਖਾਈ, ਤਾਂ ਉਹ ਮੇਰੇ ਬੈਂਚ ਉੱਤੇ ਸੀ, ਉਹ ਇੱਕ ਟੀਚਰ ਸੀ ਅਤੇ ਸਾਡੇ, ਮੈਂ ਚਲੋ ਨੋ ਨਹੀਂ ਲੈਣਾ ਚਾਹੁੰਦਾ, ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ, ਉਹਨਾਂ ਨੂੰ ਵੀ ਪਤਾ ਸੀ ਬੱਚੇ ਨੇ ਮਿਹਨਤ ਨਾਲ ਬਣਾਈ, ਉਹਨਾਂ ਨੇ ਆਪਦੇ ਤਿੰਨ ਤੋਂ ਨਹੀਂ ਰੀਤੀ ਪ੍ਰਾਂਤ ਨਹੀਂ ਚਿੱਤਰੇ ਪਾੜ ਦਿੱਤੀਆਂ, ਅਤੇ ਬੜਾ ਮਨ ਦੁਖਿਆ ਮੇਰਾ, ਹੈ ਨਾ, ਮਨ ਬੜਾ ਰੋਇਆ ਉਹ ਟਾਈਮ, ਮੈਂ ਤਾਂ ਇੰਨੀ ਮਿਹਨਤ ਕੀਤੀ ਆ, ਹੈ ਨਾ, ਕਿ ਮਿੰਟੇ 'ਤੇ ਝਟਤਾ ਲਾਇਆ ਪਾੜਨ ਨੂੰ, ਆਹ ਤਾਂ ਉਹ ਹਰੇਕ ਪੰਨੇ ਦੇ ਨਾਲ ਇੱਕ ਆਰਟਿਸਟ ਦੀ ਨਾ ਯਾਦ ਜੁੜੀ ਹੁੰਦੀ ਹੈ, ਇਕੱਲੀ ਇਕੱਲੀ ਜਿਹੜੀ ਸ਼ਾਹੀ ਨਿਕਲਦੀ ਹੈ ਉਹ ਇੱਕ ਯਾਦ ਨਾਲ ਨਿਕਲਦੀ ਹੈ। ਵੀਰੇ ਆਹ ਤਾਂ ਇੱਦਾਂ ਤਾਂ ਹੈ ਨਹੀਂ ਜੀ, ਆਪਾਂ ਸਨੇਚਰ ਮਾਰਦੇ ਚੀਜ਼ ਬਣਦੀ, ਇਹ ਮਿਹਨਤ ਲੈਂਦੀਆਂ ਆ ਚੀਜ਼ਾਂ, ਕੋਈ ਵੀ ਡਰਾਇੰਗ ਦਾ, ਓਇਲ ਪੇਂਟਿੰਗ ਦਾ, ਓਇਲ ਪੇਂਟਿੰਗ 15-15-20-20 ਦਿਨ ਲੈ ਜਾਂਦੇ, ਕਈ ਆਰਟਿਸਟ ਇੱਦਾਂ ਦੇ ਜਿਹੜੇ ਇੱਕ ਪੇਂਟਿੰਗ ਨੂੰ ਬਣਾਉਣ ਵਾਸਤੇ 5-5-6-6 ਸਾਲ ਵੀ ਲਾ ਦਿੰਦੇ ਆ, ਅਤੇ ਜਿਵੇਂ ਹੁਣ ਵਿਕਦੀਆਂ ਵੀ ਕਿੰਨੀ, ਹਾਂਜੀ ਬਿਹਤਰੀਆਂ ਵੀ ਮਹਿੰਦੀਆਂ ਵਾ, ਅਤੇ ਚਲੋ ਆਪਾਂ ਇੰਡੀਆ 'ਚ ਘੱਟ ਮੁੱਲ ਪੈਂਦਾ ਆ ਚੀਜ਼ਾਂ ਦਾ, ਪਰ ਬਾਹਰ ਦੇ ਦੇਸ਼ਾਂ 'ਚ ਤਾਂ ਪੈ ਹੀ ਰਿਹਾ, ਹੈ ਨਾ। ਅਤੇ ਉਹ ਪਰ ਬੜਾ ਮਨ ਦੁਖਿਆ, ਅਤੇ ਉਹਨੇ ਸਾਰੀ ਰਾਤ ਜਾ ਕੇ, ਹੈ ਨਾ, ਸੁੱਤਾ ਨਹੀਂ, ਨੀਂਦਾਂ ਹੱਥਾਂ 'ਚ ਪਈਆਂ, ਅਤੇ ਉਹ ਬੰਦੇ ਨੇ ਝੱਟ ਪਾੜ ਦੇਣੀ ਆ, ਉਹ ਦੱਸਦੀ ਆ ਚੀਜ਼। ਉਲਟਾ ਆਪਣੇ ਟੀਚਰ, ਹੈ ਨਾ, ਪੰਜਾਬੀ ਸਿਸਟਮ ਇੱਦਾਂ ਦਾ ਕਿ ਜੋ ਬੱਚਾ ਤੋਂ ਸਤਾਲਦਾ ਉਹਨੂੰ ਹੌਸਲਾ ਦੇਣ ਦੀ ਬਜਾਏ
ਪਿੱਛੋਂ ਖਰਚੇ ਸਾਰੇ ਨਹੀਂ ਇੱਦਾਂ ਦੇ ਹੁੰਦੇ। ਮੇਰੇ ਬਹੁਤ ਟੀਚਰ ਆ ਜਿਹੜੇ ਮੇਰਾ ਬਹੁਤ ਪਿਆਰ ਕਰਦੇ ਆ, ਜਿਨ੍ਹਾਂ ਨੂੰ ਹੁਣ ਵੀ ਮੈਂ ਮਿਲਦਾ ਬੜੇ ਖੁਸ਼ ਹੋਤੇ ਮਿਲਦੇ ਆ, ਪਰ ਕਈ ਪਤਾ ਨਹੀਂ ਸੋਚ ਹਰੇ ਬੰਦੇ ਦੀ ਆਪੋ ਮਿਲੇ ਆ। ਮੁੜ ਕੇ ਮੁਲਾਕਾਤ ਹੋਈ ਉਹ ਟੀਚਰਾਂ ਨਾਲ ਜਿਨ੍ਹਾਂ ਨੇ ਕਿਤਾਬ ਪੜ੍ਹੀ ਸੀ? ਨਹੀਂ ਤਰੇ ਰਾਹੀਂ ਇੱਦਾਂ ਦੀ ਵਾਰ ਮਿਲੇ ਉਸ ਤੋਂ ਬਾਅਦ। ਅਤੇ ਉਹ ਹੁਣ ਕੋਈ ਫਰਕ ਪਿਆ ਹੋਊਗਾ ਕਿ ਨਹੀਂ? ਨਹੀਂ ਉਸ ਤੋਂ ਬਾਅਦ ਨਹੀਂ ਮੈਂ ਮਿਲਿਆ। ਹਾਲਾਂਕਿ ਇੱਕ ਟੀਚਰ ਮੈਨੂੰ ਚੇਤੇ ਆ, ਉਹ ਮੈਨੂੰ ਮਿਲੇ ਵੀ ਇਸ ਤੋਂ ਬਾਅਦ। ਇਹ ਮੈਨੂੰ ਜਿੱਦਾਂ ਸਾਡੇ ਨਾਲ ਮੁੰਡੇ ਪੜ੍ਹਦੇ ਸੀਗੇ, ਮੈਂ ਇੰਨੇ ਵਧੀਆ ਤਾਂ ਰੋਣ ਹੈ ਨਹੀਂ ਸੀ, ਅਤੇ ਉਹ ਟੌਂ 'ਚ ਸੀਰੀ ਤੋਂ ਮੈਨੂੰ ਅੱਜ ਵੀ ਚੇਤੇ ਆ ਅਤੇ ਪ੍ਰੋਪਰ ਚੇਤੇ ਆ। ਅਤੇ ਸ਼ਾਇਦ ਉਹ ਟੌਂ 'ਚ ਨੇ ਨਾ ਅੱਗੇ ਵਧਣ ਲਈ ਬੜਾ ਮੈਨੂੰ ਸਹਾਰਾ ਦਿੱਤਾ। ਕਹਿੰਦੇ ਤੁਸੀਂ ਦੀਆਂ ਟੌਂਚਾਂ ਵੱਜੀਆਂ ਨਾ ਯਾਦ ਰੱਖਣੀਆਂ ਚਾਹੀਦੀਆਂ, ਅਤੇ ਉਹਨੂੰ ਪਰੂਫ ਦੱਸਦੇ ਦਿਖਾਓ ਕਿ ਤੇਰੀ ਟੌਂ 'ਚ ਮਾਰੀ ਸੀ ਅਤੇ ਹੁਣ ਮੈਂ ਤਿੱਥੇ ਹੈ ਨਾ, ਅਤੇ ਬੋਲਤੇ ਸੁਣ ਬੋਲਤੇ ਦੱਸਣ ਦੀ ਲੋੜ ਨਹੀਂ। ਅਤੇ ਉਹ ਕਾਫੀ ਵਾਰ ਮੇਰੇ ਮੈਂ ਦੋਸਤਾਂ ਨਾਲ ਸ਼ੇਅਰ ਕਰਦਾ ਉਹਨਾਂ, ਮੇਰੇ ਦੋਸਤ 'ਚ ਅਸੀਂ ਖੇਡਦੇ ਥੋੜ੍ਹੇ ਪਏ ਹਾਂ, ਰਿਸੈਸ ਹੋਈ ਸੀਰੀ ਅੱਧੀ ਛੁੱਟੀ ਜਿਹਨੂੰ ਕਹਿੰਦੇ ਆ, ਅਤੇ ਉੱਥੇ ਅਸੀਂ ਖੜ੍ਹੇ ਹਾਂ ਅਤੇ ਉਹ ਟੀਚਰ ਕੋਲ ਆਇਆ ਅਤੇ ਆ ਅਤੇ ਮੈਨੂੰ ਬੋਲਣ ਲੱਗ ਪਿਆ। ਨਾ ਮੈਂ ਉਹਨਾਂ ਬਾਰੇ ਤੁਸੀਂ ਬੋਲਿਆ, ਨਾ ਤਾਂ ਹੋਰ ਸਮਝੋ ਬਾਰੇ ਤੀ ਉਹਨੇ ਦਿਮਾਗ 'ਚ ਆਈ ਹੋਣੀ ਆ, ਅਤੇ ਬਸ ਤੂੰ ਹੀ ਨਹੀਂ ਹੁੰਦਾ ਤੀ ਬੰਦਾ ਤੁਹਾਨੂੰ ਭੈੜਾ ਲੱਗਦਾ, ਸ਼ਾਇਦ ਉਹ ਚੀਜ਼ ਹੋਣੀ ਆ। ਅਤੇ ਮੇਰੇ ਨਾਲ ਮੁੰਡੇ ਸੀਗੇ ਉਹ ਵਧੀਆ ਤੋਰੋਂ ਸੀਗੇ, ਕਹਿੰਦਾ ਇਹਨਾਂ ਦਾ ਪਿਓ ਦਾ ਤੇਰੀ ਜ਼ਮੀਨਾਂ ਬਥੇਰਾ ਤੋਸਾ, ਇਹਨਾਂ ਰੋਤਾ ਤੂੰ ਇਹਨਾਂ ਦੀਆਂ ਰੀਸਾਂ ਤਲਦਾ ਫਲਦਾ, ਐਵੇਂ ਤਲਦਾ ਫਲਦਾ, ਤੇਰੇ ਬਲਦੇ ਇੱਥੇ ਇਹਨਾਂ ਦਿਹਾੜੀਆਂ ਤਲਦੇ ਫਲਦੇ ਹੁੰਦੇ ਆ। ਉਹ ਮੈਨੂੰ ਟੌਂ 'ਚ ਮਾਰੀ, ਮੈਨੂੰ ਸਮਝ ਨਹੀਂ ਆਈ ਮੈਂ ਨਾ ਉਹ ਤੁਸੀਂ ਮੂਹਰੇ ਬੋਲ ਸਕਦਾ, ਅਤੇ ਉਹਨੇ ਮੇਰੇ ਹਾਲਾਤ ਉਹ ਸੀਗੇ ਨਾ ਮੈਂ ਤੁਸੀਂ ਬੋਲ ਵੀ ਨਹੀਂ ਸਕਦੇ, ਤਾਂ ਹੈ ਟੀਚੇ ਤਾਂ ਮੇਰੇ, ਮੈਂ ਤਾਂ ਮੋਢ 'ਤੇ ਜਵਾਬ ਨਹੀਂ ਦਿੰਦਾ ਹੁੰਦਾ ਜਲਦੀ, ਤਾਂ ਵੀ ਮੇਰੀ ਆਦਤ ਆ। ਬਸ ਉਹ ਗੱਲ ਜਿਹੜੀ ਗੱਲ ਤੇ ਸੀ ਮੇਰੇ ਦਿਲ 'ਚ ਹੀ ਰਹਿ, ਅਤੇ ਪਰਮਾਤਮਾ ਨੇ ਉਹ ਇਹੋ ਜਿਹੀ ਲਿਆਂਦੀ ਸਾਡੇ ਹੈ ਨਾ ਗੁਰੂਸਰ ਸਤੂਲ ਹੈ, ਚਲੋ ਪਰਮਾਤਮਾ ਸਾਰਿਆਂ ਨੂੰ ਕਹਿੰਦੇ ਹੁੰਦੇ ਆ ਤਰੱਕੀਆਂ ਦੇਵੇ, ਸਾਰਿਆਂ ਨੂੰ ਵੱਡਾ ਤਰੇ ਹੈ ਨਾ, ਸਾਰੇ ਮਿਹਨਤ ਤਲਦੇ ਆ। ਸਾਡੀ ਆਦਤ ਆ ਜਦੋਂ ਅਸੀਂ ਪਿੰਡ ਜਾਂਦੇ ਹਾਂ, ਪਿੰਡ ਦੀ ਜੂਹ 'ਤੇ ਜਦੋਂ ਦੁਬਾਰਾ ਸਾਹਿਬ ਅਸੀਂ ਜਦੋਂ ਵੀ ਜਾਣਾ ਗੱਡੀ ਰੋਡ 'ਤੇ, ਉੱਥੇ ਮੱਥਾ ਟੇਕਣਾ ਅਤੇ ਮੱਥਾ ਟੇਕ ਅਤੇ ਉਦੋਂ ਬਾਅਦ ਪਿੰਡ ਵਿੱਚ ਐਂਟਰ ਹੁੰਦੇ ਹਾਂ। ਅਤੇ ਛੁੱਟੀ ਦਾ ਟਾਈਮ ਹੁੰਦਾ, ਦੁਪਹਿਰ ਦਾ ਟਾਈਮ ਸੀਗਾ, ਅਤੇ ਉਹੀ ਟੀਚਰ ਉੱਥੇ ਖੜ੍ਹੇ ਸਲੂਟਰ ਦੇ ਮੂਹਰੇ, ਅਤੇ ਉਹਨਾਂ ਨੇ ਮੈਨੂੰ ਦੇਖ ਲਿਆ। ਮੈਨੂੰ ਦੇਖ ਕੇ ਉਹਨਾਂ ਦੀ ਨਿੰਮ ਅੱਖਾਂ ਆਪਣੇ ਆਪ ਹੀ ਐਵੇਂ ਹੋ ਗਈਆਂ, ਉਹ ਟੀਚਰ ਦੀਆਂ ਜਿਹਦੇ ਜਿਹਨੇ ਮੈਨੂੰ ਟੌਂ 'ਚ ਮਾਰੀ ਸੀਗੀ, ਅਤੇ ਉਹਨੇ ਨੀਵੀਂ ਪਾ ਲਈ ਬੰਦੇ ਨੇ, ਉਹਨੂੰ ਵੀ ਉਹ ਗੱਲ ਚੇਤੇ ਸੀਗੀ। ਮੈਂ ਸਵਾਲ ਇਹੀ ਕਰਨਾ ਸੀਗਾ ਕਿ ਵੀ ਹੁਣ ਜੇ ਜਦ ਮਿਲਦੇ ਹੋਣਗੇ ਵੀ ਨੀਵੀਂ ਪਾਉਂਦੇ ਹੋਣਗੇ, ਤੁਸੀਂ ਗੱਲ ਆਪ ਹੀ ਜਵਾਬ ਦਿੱਤਾ ਵੀ ਹੁਣ ਦੇਖ ਕੇ ਨੀਵੀਂ ਪਾ ਲਈ, ਹਾਲਾਂਕਿ ਮੇਰੇ ਮਨ 'ਚ ਨਹੀਂ ਹੈਗਾ, ਪਰ ਉਹ ਚੀਜ਼ ਇੱਕ ਟੌਂ 'ਚ ਮੈਨੂੰ ਉਹ ਬੰਦੇ ਦੀ ਚੇਤੇ ਸੀਗੀ, ਅਤੇ ਉਹ ਬੰਦੇ ਨੂੰ ਵੀ ਮੈਨੂੰ ਉਹਦਾ ਚੇਤੇ ਹੋਊਗੀ ਲਾਜ਼ਮੀ। ਅਤੇ ਪਰ ਉਹ ਟੌਂ 'ਚ ਦਾ ਮੈਂ ਤਾਂ ਸ਼ੁਕਰ ਕਰਦਾ ਵਾਂ ਕਿ ਉਹ ਸ਼ਾਇਦ ਟੌਂ 'ਚ ਦੀ ਵਜ੍ਹਾ ਨਾਲ ਮਿਹਨਤ ਕੀਤੀ ਆ, ਹੈ ਨਾ, ਬਿਨ ਰੂਤੇ ਮਿਹਨਤ। ਜਿਹੜੇ ਟਾਈਮਾਂ 'ਚ ਲੋਕ ਰੇੜੀਆਂ ਲਾਉਂਦੇ ਆ, ਹੋਰ ਐਸ਼ ਕਰਦੇ ਆ ਆਪਦੀ ਲਾਈਫ, ਉਹ ਟਾਈਮਾਂ ਤੁਹਾਨੂੰ ਵੀ ਕਰੀਅਰ ਵੱਲ ਧਿਆਨ ਦੇ ਕੇ ਪੂਰਾ ਫੋਕਸ ਦਿੱਤਾ, ਅੱਜ ਤੁਸੀਂ ਵਧੀਆ ਨਾਮ ਹੈ, ਲੋਕ ਤੁਹਾਡੇ ਕੋਲ ਆ ਕੇ ਟੈਟੂ ਬਣਾ ਕੇ ਜਾਂਦੇ ਨੇ। ਬਾਈ ਜਿਵੇਂ ਤੁਸੀਂ ਪੇਂਟਿੰਗ ਦੀ ਗੱਲ ਕਰੀ ਵੀ ਪੇਂਟਿੰਗ ਮੈਂ ਬਣਾਉਂਦਾ ਹੁੰਦਾ ਸੀਗਾ, ਆਇਲ ਪੇਂਟਿੰਗ ਦਾ ਬਹੁਤ ਸ਼ੌਂਕ ਆ, ਤੁਸੀਂ ਮਤਲਬ ਕਿ ਜਿਵੇਂ ਬੜੀ ਮਹਿੰਗੀ ਮਹਿੰਗੀ ਆਪਾਂ ਦੇਖੇ ਨੇ, ਕਿੰਨੇ ਕਿੰਨੇ ਕਰੋੜ ਦੇ ਵਿੱਚ ਵੀ ਵਿਕਦੀਆਂ ਨੇ, ਤੁਸੀਂ ਖੁਦ ਕੋਸ਼ਿਸ਼ ਕਰੀਏ ਵੀ ਮੈਂ ਵੇਚਾਂ ਆਪਣੀ ਕੋਈ ਪੇਂਟਿੰਗ ਬਣਾ ਕੇ? ਇਦਾਂ ਹੁੰਦਾ ਵਾ, ਇਹਦੇ 'ਚ ਬਹੁਤ ਵੱਡੇ ਮਾਫੀਆ ਆ ਦੇ ਇਹ ਪੇਂਟਿੰਗ ਵਾਲੀ ਲੈਣ ਦੇ 'ਚ, ਤੁਸੀਂ ਮੋਸਟਲੀ ਪੰਜਾਬ ਦੇ ਹੁਣ, ਪਹਿਲਾਂ ਆਪਾਂ ਆਰਟਸਾਂ ਦਾ ਨਾਂ ਸੁਣਦੇ ਹਾਂ, ਪਰ ਜਿਹੜੇ ਹੁਣ ਤੁਸੀਂ ਅੱਜ ਦੀ ਡੇਟ 'ਚ ਆਰਟਸ ਦੇਖੋ ਦੇ, ਇੱਕ ਤਾਂ ਇਮੈਜੀਨੇਸ਼ਨ ਪਾਵਰ ਲੋਕਾਂ ਦੀ ਖਤਮ ਹੋਦੀ, ਲੋਕ ਜ਼ਿਆਦਾਤਰ ਕਾਪੀਆਂ ਮਾਰੀ ਜਾਂਦੇ ਆ, ਕਿਸੇ ਦੀ ਬਣਾਈ ਹੋਈ ਜਿਵੇਂ ਸ਼ੋਭਾ ਚੰਦਰ ਜੀ ਦੀਆਂ ਬਣਾਈਆਂ ਹੋਈਆਂ ਫੋਟੋਆਂ, ਉਹਦੀਆਂ ਕਾਪੀਆਂ ਤਿੰਨੇ ਆਰਟਸਾਂ ਨੇ ਬਣਾਈਆਂ, ਹਾਲਾਂਕਿ ਉਹਨਾਂ ਨੇ ਉਹ ਚੀਜ਼ ਤਾਰ ਹਟਿਆ, ਉਹ ਤਾਰ ਤਾਂ ਉਹਨਾਂ ਨੇ ਛੱਡ ਦਿੱਤੀ, ਤੁਸੀਂ ਨਵਾਂ ਤੋਰੋ। ਵਿੱਚ ਵਧੀਆ ਨਵੇਂ ਆਰਟਿਸਟ ਵੀ ਆ, ਜਿੱਦਾਂ ਇੱਕ ਭਗਤ ਸਿੰਘ ਅਤੇ ਆਰਟਿਸਟ ਡਿਜੀਟਲ ਆਰਟ ਬਣਾਉਂਦੇ ਆ, ਬਹੁਤ ਨਵੀਂ ਕ੍ਰੀਏਟੀਵਿਟੀ ਲੈ ਕੇ ਆ ਰਹੇ ਆ, ਅਤੇ ਵਿੱਚ ਵਧੀਆ ਆਰਟਿਸਟ ਵੀ, ਪਰ ਜੇ ਮੋਸਟ ਹੀ ਹੈ ਨਾ ਉਹ ਕਾਪੀਆਂ ਮਾਰੀ ਜਾਂਦੇ ਆ ਲੋਕ। ਦੂਜੀ ਗੱਲ ਜਿਵੇਂ ਅੱਧੇ ਪ੍ਰਿੰਟ ਬਹਿਤਰੇ ਹੁੰਦੇ ਸੀਗੇ, ਜਿਵੇਂ ਤਾਂ ਆਰਟਿਸਟ ਨੇ ਪੇਂਟਿੰਗ ਬਣਾਤੀ, ਉਹ ਤਾਂ ਉਹਦੇ ਰਾਈਟ ਆ, ਅਤੇ ਉਹਦੇ ਪ੍ਰਿੰਟ ਬੈਤ 'ਤੇ ਮਾਰਕੀਟ 'ਚ ਆਉਂਦੇ ਹੁੰਦੇ ਸੀ, ਉਹ ਸਨ ਉਹਨਾਂ ਨੂੰ ਜਿਵੇਂ ਸੀੜੀਆਂ ਪਿੱਛੇ ਡਾਇਰੈਕਟਰਾਂ ਨੂੰ ਮਿਲਦਾ ਹੁੰਦਾ ਕਮਿਸ਼ਨ, ਉੱਦਾਂ ਹੁੰਦਾ ਹੁੰਦਾ ਜਿਹਦਾ। ਹੁਣ ਤਾਂ ਇਹੋ ਜਿਹੀ, ਹੁਣ ਜਿੰਨਾ ਪ੍ਰਿੰਟਿੰਗ ਹਾਊਸ ਆਪਦੇ ਆ, ਉਹ ਤਾਂ ਆਰਟਿਸਟ ਨੂੰ ਰੱਖ ਲੈਂਦੇ ਆ, ਉਹਨੂੰ ਮਾੜਾ ਮੋਟਾ ਬੌਂਡ ਤਾਂ ਲੈਣੀ, ਜਿਹੜਾ 5-10 ਹਜ਼ਾਰ ਦੇ ਤਾ ਉਹਦੇ ਤੋਂ ਪੇਂਟਿੰਗ ਲੈ ਲਈ, ਉਹਦੇ ਰਾਈਟਸ ਲੈ ਲਏ, ਤਾਂ ਉਹਨਾਂ ਨੇ ਉਹ 3-9 ਲੈਂਦੇ ਆ ਆਪਦੀਆਂ ਤੁਹਾਡੇ 'ਤੇ, ਉਹਨਾਂ ਨੇ ਵੇਚੇ ਨਹੀਂ, ਉਹਦੇ 'ਚ ਆਰਟਿਸਟ ਪਿੱਛੇ ਰਹਿ ਰਿਹਾ। ਨਹੀਂ ਤਾਂ ਕੀ ਹੁੰਦਾ, ਜਿਹੜੇ ਇੰਟੀਰੀਅਰ ਡੈਕੋਰੇਟ ਜਿਹੜੇ ਚੱਲਦੇ ਆ ਤਰ੍ਹਾਂ 'ਚ ਪੇਂਟਿੰਗਾਂ ਮਹਿੰਦੇ ਭਾਅ ਵੇਚਦੇ ਆ, ਉੱਥੇ ਆਰਟਿਸਟ ਫਿਰ ਪਿੱਛੇ ਰਹਿ ਜਾਂਦਾ, ਉਹ ਜਿਹੜੇ ਮੂਲੇ ਬੰਦੇ ਆ ਉਹ ਉਹਦੀ ਕਮਾਈ ਥਾ ਜਾਂਦੇ ਆ, ਹਾਲਾਂਕਿ ਮਿਹਨਤ ਸਾਰੀ ਆਰਟਿਸਟ ਦੀ ਲੱਗਦੀ ਹੈ। ਤਾਂ ਉਹ ਚੀਜ਼ ਮੈਂ ਆਹੀ ਗੱਲੋਂ ਮੈਂ ਆਹ ਲੈਣ ਛੱਡਤੀ ਸੀ, ਹਾਲਾਂਕਿ ਸੌਂ ਤਾਂ ਜਿਵੇਂ ਮੈਨੂੰ ਡਰੇਨ ਦਈ ਆ, ਅਤੇ ਮੈਨੂੰ ਹੈਰਾ ਸੀ ਜਦੋਂ ਤੇਰੇ ਟਾਈਮ ਲੱਗਦੇ ਤਾਂ ਮੈਂ ਆਇਲ ਪੇਂਟਿੰਗ ਤਰਿਆ ਤਰਾਂ, ਪਰ ਮੈਂ ਆਹੀ ਚੀਜ਼ਾਂ ਦਾ ਅਤੇ ਡਰੇਨ ਤੋਂ ਪਿੱਛੇ ਹਟਿਆ ਸੀ। ਮੈਨੂੰ ਪਤਾ ਸੀ ਉਹਦੇ 'ਚ ਮੁੱਲ ਨਹੀਂ ਪੈਂਦਾ, ਮੁੱਲ ਤੋਂ ਪੈਂਦਾ ਜਦੋਂ ਬੰਦਾ ਮਿਲ ਜਾਂਦਾ, ਮੰਨਣ ਤੋਂ ਬਾਅਦ ਉਹਦਾ ਕਹਿ ਜਾਂਦਾ ਜੀ ਉਹਦੀ ਪੇਂਟਿੰਗ ਇੰਨੇ ਕਰੋੜ ਦੀ ਬਿਤਦੀ, ਇੰਨੇ ਦੀ ਉਹਦੀ, ਉਦੋਂ ਬਾਅਦ ਬੀਤੀ ਨਾ ਬੀਤੀ, ਹਾਂਜੀ ਉਦੋਂ ਬਾਅਦ ਬੀਤੀ ਨਾ ਬੀਤੀ ਰਤੀ ਭਾਈ।
सारी उम्र का बंदे ने ढत्ते थाने कढ़ दी हूँ टैटू इदा की लैना जिदे पैसा भी मिल रहा वा ने भी मिल रहा वा तो आपका शौक भी पूरा हो रहा ड्रेम भी कर रहे कई जिमें हम थोड़े सपोर्टिव जो बड़े हौसला देने वाले भी बच अपने नाल यार दोस्त होंगे ने है ना कई लोग ऐसे भी होंगे होंगे भाजी थोड़े स्कूल टाइम दे विच जेड़े कहंदे होंगे तैनूं बोलना तो आउंदा नहीं भी तू की करेगा मैं ये आ चीज की परवाह नहीं करता हूँ कई बार जिवें आपां लाइव हो जांदे नहीं तो उस बोलते हैं तो विच कमेंट तन बारे होंदे पर भरावां दा इन्ना प्यार आई मैनूं जवाब देने की लोड़ नहीं पैंदी थले जिहड़े मैनूं चाहुण बारे आ ਉਹੀ ਜਵਾਬ ਦੇ ਦਿੰਦੇ ਆ ਤੇ ਆਪਣਾ ਕੰਮ ਹੀ ਬੋਲਦਾ ਵੀਰੇ ਆਪਾਂ ਨੂੰ ਉੱਥੇ ਆਹ ਚੀਜ਼ ਦਾ ਨਹੀਂ ਲੋੜ ਨਹੀਂ ਮੈਂ ਕਿਸੇ ਨਾਲ ਬਹਿਸਾਂ ਤਿੰਤੂ ਪਰੰਤੂ ਤਰ੍ਹਾਂ ਉਹ ਤਾਂ ਵੀਰੇ ਇੱਦਾਂ ਵਧੀ ਜੇ ਆਪਾਂ ਰੋੜਾ ਮਾਰਾਂ ਦੇ ਸਿੱਟੇ ਦਾਪਦੇ ਪੈਣੇ ਆ ਤਾਂ ਰੋੜ ਹੀ ਨਹੀਂ ਹੈ ਮੈਂ ਕਹਿੰਦਾ ਜਿਹੜਾ ਤੁਸੀਂ ਨਾ ਜੇ ਤੈਨੂੰ ਮੇਰੀ ਆਵਾਜ਼ ਸੁਣ ਤੇ ਹਾਸਾ ਨਿਕਲਿਆ ਦੋ ਮਿੰਟ ਹੱਸਿਆ ਦਾ ਹੈਰਾਂ ਸੋਣ ਹੀ ਵਧਿਆ ਕੋਈ ਚੇਤਾ ਨਹੀਂ ਇਹਦਾ ਮੈਂ ਐਡੀ ਪਰਵਾਹ ਨਹੀਂ ਕਰਦਾ ਮਤਲਬ ਕਿ ਤੁਸੀਂ ਪਹਿਲੇ ਆਰਟਿਸਟ ਹੋ ਜਿਨ੍ਹਾਂ ਨੇ ਪੰਜਾਬ ਦੇ ਵਿੱਚ 3D ਜਿਹੜੀ ਟੈਟੂ ਸਟਾਰਟ ਕਰੇ ਥੋੜੇ ਤੁਸੀਂ 3D ਲੈ ਕੇ ਆਏ ਉਸ ਤੋਂ ਬਾਅਦ ਦੇਖੋ ਦੇਖੀ ਦੇ ਵਿੱਚ ਬਹੁਤ ਲੋਕਾਂ ਨੇ ਮਤਲਬ ਕਿ ਬਣਾਏ ਐਕਚੁਅਲੀ ਇੱਦਾਂ ਹੀ 3D ਕਾਫੀ ਲੋਕਾਂ ਨੂੰ ਇਹਦੀ ਨੌਲੇਜ ਨਹੀਂ ਹੈਗੀ 3D ਕੀ ਚੀਜ਼ ਆ 3D ਡਿਮੈਂਸ਼ਨ ਵਿੱਚ ਸ਼ੇਡਾਂ 'ਚ ਕੰਮ ਕਰਨਾ ਅਤੇ ਉਹ ਲੋਕ ਹੁਣ ਇੱਦਾਂ ਹੀ ਜ਼ਿਆਦਾਤਰ ਭਰਾ ਦੀ ਚੱਲਦੇ ਨਹੀਂ ਉਹਨੇ 3D ਉਹ ਬਣਾਉਂਦਾ ਨਾਲ ਲਿਖ ਦੇਣਾ 3D ਹੋਵੇ ਜਿਵੇਂ ਬਾਬਾ ਫਰੀਦ ਦੇ ਮੇਲੇ 'ਤੇ ਗਿਆ ਸੀ ਤਾਂ ਉੱਥੇ ਜਿਹੜੇ ਬੈਠੇ ਹੁੰਦੇ ਆ ਸ਼ਲਤ ਦੇ ਟੈਟੂ ਬਣਾਉਂਦੇ ਆ ਉਹਨੇ ਮੇਰੇ ਟੈਟੂ ਦੀਆਂ ਫੋਟੋਆਂ ਲਾਈਆਂ ਹੋਈਆਂ ਪੋਸਟਰ ਦੇ ਉੱਤੇ ਦੇ ਉੱਪਰ ਲਿਖਿਆ ਵੀ 3D ਟੈਟੂ ਇੱਥੋਂ ਬਣਵਾਓ ਅਤੇ ਲੋਕ ਉਹਦੇ ਮੂਹਰੇ ਬੈਠੇ ਐਵੇਂ ਤਰੀ ਵੀ ਜਾਂਦੇ ਵੀਰ ਬਣਾ ਲਏ ਅਤੇ ਉਹ ਚੀਜ਼ ਆਪਣੇ ਲੋਕਾਂ ਨੂੰ ਨੌਲੇਜ ਨਹੀਂ ਹੈਗੀ ਅਤੇ ਆਹੀ ਜਿਹੜੀ ਨੌਲੇਜ ਨਹੀਂ ਹੈਗੀ ਤਾਂ ਉਹਦਾ ਘਾਟਾ ਲੋਕ ਕੀ ਚੱਲਦਾ ਜੀ ਲੋਕ ਤਾਂ ਪ੍ਰਾਈਜ਼ ਕੰਪੇਅਰ ਚੱਲਦੇ ਮੇਰੀ ਇੱਥੇ ਲੈਣ ਲਿਖੀ ਹੋਈ ਆ ਆਪਦੀ ਲੈਣ ਉਦੋਂ ਬਾਅਦ ਬਹੁਤ ਲੋਕਾਂ ਨੇ ਕਾਪੀ ਵੀ ਮਾਰੀ ਹੈ ਅਤੇ ਨੈਵਰ ਕੰਪੇਅਰ ਮਾਈ ਪ੍ਰਾਈਜ਼ ਵਿਦ ਅਦਰ ਟੈਟੂ ਆਰਟਸ ਤੁਸੀਂ ਤਮ ਕੰਪੇਅਰ ਕਰਨਾ ਵਾ ਤਾਂ ਤੁਸੀਂ ਮੇਰਾ ਆਰਟ ਵੱਲ ਤੋਂ ਕੰਪੇਅਰ ਕਰੋ ਅਤੇ ਜੇ ਉਹ ਤੁਹਾਨੂੰ ਸੇਮ ਮਿਲਦਾ ਤੁਸੀਂ ਜੀ ਛੱਡ 'ਤੇ ਬਣਵਾਓ ਪਰ ਲੋਕਾਂ ਦੀ ਸੋਚ ਤੀ ਹੈ ਲੋਕ ਤਾਂ ਚੱਲਦੇ ਹੀ ਜਿਵੇਂ ਮੈਂ ਫਲਜ ਤੋਂ ਮੈਂ ਤੁਹਾਨੂੰ 100 ਰੁਪਏ ਤੈਨੂੰ ਕਹਿਤਾ ਸੀ ਟੈਟੂ ਤੁਸੀਂ ਪੁੱਛਿਆ ਮੈਂ ਤਾਂ ਉਹਦੇ 100 ਰੁਪਏ ਵੀਰੇ ਤੁਸੀਂ ਹੋਰ ਕਿਸੇ ਨੂੰ ਪੁੱਛਿਆ ਉਹਨੇ ਕਹਿੰਦਾ ਵੀਰੇ ਮੈਨੂੰ 5 ਰੁਪਏ ਦੇ ਦੇ ਤੁਸੀਂ ਉੱਧਰ ਨੂੰ ਚੱਲਿਆ ਨਾ ਤੁਸੀਂ ਆਹ ਨਹੀਂ ਦੇਖਣਾ ਉਹ ਬੰਦਾ 100 ਰੁਪਏ ਮੰਨ ਰਿਹਾ ਤੀ ਕਿਹੜੀ ਚੀਜ਼ ਦਾ ਮੰਨ ਰਿਹਾ ਵਾ ਤੀ ਕਿਹੜੀ ਕੁਆਲਿਟੀ ਆ ਮੰਨ ਰਿਹਾ ਵਾ ਉਹਨਾਂ ਨੇ ਬਸ ਦੇਖਣਾ ਕਿ ਉਹਨੇ 100 ਰੁਪਏ ਮੰਨ ਲਿਆ ਉਹਨੇ 5 ਰੁਪਏ ਮੰਨ ਲਏ ਆਪਾਂ 5 ਵਾਰੇ ਬੱਲੀ ਜ਼ਿਆਦਾ ਬਣਾ ਲਈਏ ਫਿਰ ਫਾਹਾ ਬਣਾਉਂਦੇ ਆ ਜੀ ਫਿਰ ਬਾਅਦ 'ਚ ਫਿਰ ਮੈਨੂੰ ਭੇਜਦੇ ਆ ਅਤੇ ਫਿਰ ਬੜਾ ਮਨ ਦੁੱਖਦਾ ਮੇਰੇ ਡਿਜ਼ਾਇਨ ਹੁੰਦੇ ਆ ਜਿਹਨੇ ਮੈਨੂੰ ਪਤਾ ਹੁੰਦਾ ਕਿ ਮੇਰੀ ਕ੍ਰੀਏਟੀਵਿਟੀ ਤੱਡੀ ਹੋਈ ਆ ਮੇਰਾ ਡਿਜ਼ਾਇਨ ਆ ਉਹ ਫਿਰ ਮੈਨੂੰ ਭੇਜੋ ਦੇ ਬਣਵਾ ਦੇ ਹੋਰ ਪਾਸਿਓ ਫਿਰ ਬਹਾਨੇ ਹੁੰਦੇ ਯਾਰ ਦੋਸਤ ਲੈ ਲਿਆ ਜੇ ਉਹ ਵਧੀਆ ਦੋਸਤ ਸੀਗਾ ਉਹਨਾਂ ਦਾ ਵਧੀਆ ਬਣਾਊ ਹੁਣ ਵੀਰੇ ਕੋਈ ਵੀ ਕੰਮ ਕਰਦਾ ਹੁਣ ਮੇਰੇ ਤੋਂ ਤੁਸੀਂ ਤਾਂ ਹੀ ਡਰਿਆ ਮੈਂ ਕਿਸੇ ਨੂੰ ਤੋਂ ਤੂੰ ਬੰਦਾ ਪੁੱਛਦਾ ਜੀ ਵੀਰੇ ਵਧੀਆ ਬਣਾਊ ਮੈਂ ਤੂੰ ਵਧੀਆ ਹੀ ਬਣਾਊਗਾ ਕਿਸੇ ਤੋਂ ਵੀ ਜਾਣਦੇ ਹੋ ਉਹਨੇ ਇਵੇਂ ਥੋੜੀ ਨਾ ਤੈਨਾਂ ਦੀ ਵੀਰੇ ਮੈਂ ਮਾੜਾ ਬਣਾਊ ਉਹਨੇ ਕਹਿੰਦਾ ਵੀਰੇ ਮੈਂ ਤਾਂ ਵਧੀਆ ਬਣਾਊ ਉਹਦਾ ਛੋਟੀ ਅੱਖ ਉੱਦਾਂ ਨਹੀਂ ਹੋਣੀ ਚਾਹੀਦੀ ਹੈ ਪਾਲਥੂ ਤੀ ਤੁਸੀਂ ਉਹਦੇ 'ਚ ਕੰਪੇਅਰ ਕਰ ਸਕੋ ਇੱਕ ਵਾਰ ਇੱਦਾਂ ਹੀ ਹੋਇਆ ਸਟੋਰੀ ਦੱਸਣਾ ਮੈਂ ਮੇਰਾ ਹੀ ਟੈਟੂ ਅਤੇ ਈਦਲ ਬਣਾਇਆ ਹੋਇਆ ਸੀਗਾ ਡਿਜ਼ਾਇਨ ਹੈ ਨਾ ਮੇਰਾ ਹੀ ਡਿਜ਼ਾਇਨ ਸੀਗਾ ਅਤੇ ਇਮੈਜਿਨ ਜਿੱਦਾਂ ਮੇਰਾ ਹੀ ਰੈਡੀ ਕੀਤਾ ਹੋਇਆ ਕਿਸੇ ਨੇ ਮੈਨੂੰ ਭੇਜਤਾ ਅਤੇ ਕਹਿੰਦਾ ਵੀਰੇ ਮੈਨੂੰ ਦਾਣਾ ਦੱਢੀ ਆਵੇ ਦੂਜੇ ਆਰਟਿਸਟ ਨੂੰ ਕਹਿੰਦਾ ਵੀ ਉਹਨੇ ਫਾਹਾ ਵੱਢਤਾ ਇੱਦਾਂ ਦਲਤਾ ਉੱਦਾਂ ਦਲਤਾ ਮੇਰੀ ਬਾਂਹ ਦੀ ਜਫਾਂ ਵੱਢਦੀ ਮੈਂ ਕਹਿੰਦਾ ਵੀਰੇ ਡਿਜ਼ਾਇਨ ਤਾਂ ਮੇਰਾ ਹੀ ਆ ਤੂੰ ਰੇਟ ਵੀ ਮੈਨੂੰ ਪੁੱਛਿਆ ਹੋਣਾ ਵਾ ਅਤੇ ਤੂੰ ਹੁਣ ਬਣਵਾ ਤੇ ਹੋਰ ਪਾਸੋਂ ਤੂੰ ਮੈਨੂੰ ਭੇਜੀ ਜਾਂਦਾ ਮੈਨੂੰ ਵੀ ਉਹ ਚੀਜ਼ ਦਾ ਦੁੱਖ ਹੋਇਆ ਮੈਂ ਤਾਂ ਚੱਲ ਲੋਕਾਂ ਨੂੰ ਇਹ ਤੋਂ ਅਵੇਅਰਨੈਸ ਦੇਵਾਂ ਅਤੇ ਮੈਂ ਆਪਦਾ ਅਸਲੀ ਡਿਜ਼ਾਇਨ ਉਹਦੇ ਨਾਲ ਕੰਬੇ ਕਰਤਾ ਅਤੇ ਦੂਜਾ ਉਹਦਾ ਦੋਵਾਂ ਨੂੰ ਜੋੜਤਾ ਅਤੇ ਮੈਂ ਉਹਦੇ ਲਿਖਦਾ ਮਾਈ ਬਲਤ ਇਨ ਅਦਰ ਟੈਟੂ ਆਰਟਸ ਬਲਤ ਉਹ ਜਸਟ ਇੱਕ ਲੋਕਾਂ ਨੂੰ ਸਮਝਾਉਣ ਵਾਸਤੇ ਇੱਕ ਜ਼ਰੀਆ ਸੀਗਾ ਕਿ ਵੀਰੇ ਜੇ ਤੁਸੀਂ ਰੇਟ ਕੰਬੇ ਕਰਦੇ ਹੋ ਆਹ ਚੀਜ਼ਾਂ ਹੋ ਜਾਂਦੀਆਂ ਵਾ ਉਲਟਾ ਕੀ ਹੋਇਆ ਤਾਂ ਇਹਨਾਂ ਦੇ ਜੇ ਤੁਸੀਂ ਪੁੰਨ ਤਾਨੇ ਜਾਂਦੇ ਹੋ ਹੈ ਨਾ ਤਸੌਨਾ ਤੁਹਾਡੇ ਹੀ ਪੈਣੇ ਆ ਅਤੇ ਹਾਂਜੀ ਮੈਂ ਪੋਸਟ ਪਾਈ ਆ ਥੱਲੇ ਜਿਹੜੇ ਨਵੇਂ ਮੁੰਡੇ ਟੈਟੂ ਸਿੱਥਰੇ ਆ ਨਹੀਂ ਆ ਤਲਦੇ ਆ ਟੈਟੂ ਆਈ ਲੈਣ ਵਿੱਚ ਆ ਉਹਨਾਂ ਨੇ ਕਮੈਂਟ ਤੁਹਾਨੂੰ ਲੱਗਦਾ ਬਈ ਦਿਲ ਵਿੱਚ ਹੰਕਾਰ ਆ ਰਿਹਾ ਦਿਲ 'ਚ ਹੋਮੇ ਆਦੀ ਆਹ ਹੁਣ ਦੂਜੇ ਆਰਟਸਾਂ ਨੂੰ ਇੱਦਾਂ ਕਹਿਣ ਲੱਗ ਪਿਆ ਉੱਦਾਂ ਕਹਿਣ ਲੱਗ ਪਿਆ ਮੈਂ ਉਹ ਕਹਿਣ ਦਾ ਮਤਲਬ ਸੀਗਾ ਕਿ ਲੋਕਾਂ ਨੂੰ ਅਵੇਅਰਨੈਸ ਦੇਣ ਦਾ ਅਤੇ ਤੁਸੀਂ ਇਸ ਤੋਂ ਬਾਅਦ ਜਿੱਥੇ ਵੀ ਜਾਣਾ ਕੰਮ ਚਿੱਤ ਕਰਕੇ ਬਣਵਾਓ ਨਾ ਤੀ ਤੁਸੀਂ ਬਸ ਦੇਖਿਆ ਤੀ ਉਹਨੇ ਰੇਟ ਘੱਟ ਬੋਲਤਾ ਸੀ ਉੱਧਰ ਚਲੇ ਜਾਈਏ ਕਈ ਲੋਕ ਭਾਜੀ ਐਂ ਵੀ ਕਹਿੰਦੇ ਨੇ ਵੀ ਜੇ ਹੁਣ ਕਰਨ ਬਾਈ ਉਹਨਾਂ ਦੇ ਤੁਸੀਂ ਟੈਟੂ ਬਣਾਤਾ ਜੇ ਵੱਡੇ ਵੱਡੇ ਆਰਟਿਸਟਾਂ ਨੇ ਟੈਟੂ ਬਣਾਤਾ ਵੀ ਹੁਣ ਬਾਈ 'ਚ ਹੋਮੇ ਆ ਗਈ ਅੱਜ ਤਾਂ ਜੀ ਫੇਮ ਲੈਣਾ ਬਹੁਤ ਸੌਖਾ ਹੋ ਰਿਹਾ ਅੱਜ ਤਾਂ ਕੀ ਆ ਤੀ ਤੁਸੀਂ ਤੁਸੀਂ ਫੇਮਸ ਸੈਲੀਬ੍ਰਿਟੀ ਨੂੰ ਫੜ ਲਓ ਤੁਸੀਂ ਉਹਨਾਂ ਦੇ ਟੈਟੂ ਤਲ ਦਿਓ ਅਤੇ ਛੋਟਾ ਦਿਨਾਂ 'ਚ ਲੋਕਾਂ ਦੇ ਸਾਹਮਣੇ ਚਿਹਰਾ ਆਉਣਾ ਸ਼ੁਰੂ ਹੋ ਜਾਣਾ ਤੀ ਆਹ ਬੰਦੇ ਨੇ ਉਹ ਸਿੰਗਰ ਮੈਨੂੰ ਇੰਟਰਵਿਊ 'ਚ ਵੀ ਪਹਿਲਾਂ ਕੀ ਪੁੱਛ ਰਹੇ ਆ ਮੋਸਟ ਇੰਟਰਵਿਊ ਹੁੰਦੇ ਭਾਅ ਜੀ ਤੁਸੀਂ ਕਿਹੜੇ ਸੈਲੀਬ੍ਰਿਟੀਆਂ ਦੇ ਟੈਟੂ ਦਿੱਤੇ ਆ ਤੀ ਆਮ ਲੋਕ ਤੋਂ ਇੱਥੇ ਸੈਲੀਬ੍ਰਿਟੀ ਨਾਲ ਘੱਟ ਹੁੰਦੇ ਆ ਵੀਰੇ ਮੈਨੂੰ ਤਾਂ ਮੇਰੇ ਲਈ ਤਾਂ ਕਲਾਇੰਟ ਆ ਮੇਰੇ ਲਈ ਤਾਂ ਹਰੇਕ ਸਾਰੇ ਇੱਕ ਬਰਾਬਰ ਆ ਭਾਵੇਂ ਸੈਲੀਬ੍ਰਿਟੀ ਆ ਭਾਵੇਂ ਦੂਜਾ ਅਤੇ ਲੋਕ ਟਾਰਗੇਟ ਕਰਦੇ ਸੈਲੀਬ੍ਰਿਟੀਆਂ ਨੂੰ ਹੁਣ ਜਿਹੜੇ ਸਾਨੂੰ ਕੰਪੇਅਰ ਕਰਦੇ ਆ ਭਾਅ ਜੀ ਕੋਈ ਵੀ ਆਦੇ ਤੁਸੀਂ ਬੰਦਾ ਪੁੱਛੋ ਭਾਅ ਜੀ ਤੁਸੀਂ ਕਿਹੜੇ ਕਿਹੜੇ ਦਿੱਤੇ ਆ ਤੁਸੀਂ ਕੰਮ ਦੇਸ਼ 'ਤੇ ਆਓ ਮੇਰੇ ਕੋਲ ਤੁਸੀਂ ਆਹ ਦੇਸ਼ 'ਤੇ ਨਾ ਆਓ ਤੇ ਮੈਂ ਸੈਲੀਬ੍ਰਿਟੀਆਂ ਦੇ ਬਣਾ ਰਿਹਾ ਤੁਸੀਂ ਮੇਰੇ ਤੋਂ ਤਾਂ ਆਉਣਾ ਵਾ
ਨਵਾਂ ਯੂਥ ਕਿੰਨਾ ਕੁ ਆਉਂਦਾ ਭਾਜੀ ਸਿੱਖਣ ਵਾਸਤੇ ਵੀ ਜਿਹੜਾ ਇਸ ਲਾਈਨ ਦੇ ਵਿੱਚ ਸੱਚੀ ਇੰਟਰਸਟਿਡ ਰੱਖਦਾ? ਵੀਰੇ ਆਉਂਦੇ ਆ, ਕਾਫੀ ਮੁੰਡੇ ਆਉਂਦੇ ਆ ਸਿੱਖਣ ਵਾਸਤੇ ਜਿਨ੍ਹਾਂ ਦਾ ਇੰਟਰਸਟ ਹੈਗਾ ਵੀ ਆ, ਕਈ ਪਰ ਇੱਦਾਂ ਵਾ ਤੁਸੀਂ ਸਿੱਖ ਦੇ ਵੀ ਨਹੀਂ, ਬਸ ਦੇਖਿਆ ਤੀ ਆ ਤਾਂ ਵਿੱਚ ਨੇਮ ਬਣ ਜਾਂਦਾ, ਫਰੇਮ ਬਣ ਜਾਂਦਾ, ਸਾਰਾ ਕੁਛ ਉਹ ਆਪਦੇ ਬੈਠੀ ਜਾਂਦੇ ਆ। ਹੁਣ ਜਿੱਦਾਂ ਮੇਰਾ ਇੱਕ ਸਟੂਡੈਂਟ ਹੈ, ਇਹਦੇ ਤੋਂ ਉੱਥੇ ਮੁੰਡੇ ਨੇ ਮਸ਼ੀਨਾਂ ਲੈ ਰਹੀਆਂ ਇਹਦੀਆਂ ਪੁਰਾਣੀਆਂ, ਅਤੇ ਉਹ ਪਹਿਲਾਂ ਡੀ ਜੇ ਦਾ ਕੰਮ ਕਰਦਾ ਸੀਗਾ, ਅਤੇ ਕਹਿੰਦਾ ਹੁਣ ਵਿਹਲਾ ਬੈਠਾ ਅਤੇ ਮੈਂ ਸੋਚਿਆ ਵੀ ਟੈਡੂ ਬਣਾਉਣੇ ਸ਼ੁਰੂ ਕਰਦੀ। ਇੱਦਾਂ ਹੀ ਇੱਕ ਵਾਰ ਸਾਨੂੰ ਫੋਨ ਆਇਆ ਬਠਿੰਡੇ ਤੋਂ, ਅਤੇ ਵੱਡੇ ਭਰਾ ਨੇ ਫੋਨ ਚੱਕਿਆ, ਕਹਿੰਦਾ ਬਾਈ ਆਹ ਮਸ਼ੀਨਾਂ ਮਸ਼ੂਨਾਂ ਕਿੱਥੋਂ ਮਿਲਦੀਆਂ? ਕਹਿੰਦਾ ਤੀਰਾ ਨਾਲ, ਕਹਿੰਦਾ ਬਾਪੂ ਨਾਲ ਕੋਈ ਕੰਮ ਤਾਂ ਲੈ, ਮੈਂ ਸੋਚਿਆ ਟੈਡੂ ਬਣਾਉਣ ਲੱਗ ਪਈਏ। ਅਤੇ ਫਿਰ ਉਹਨਾਂ ਨੇ ਰੇਟ ਦਾ ਘੱਟ ਹੀ ਰੱਖਣਾ ਵਾ ਆਟੋਮੈਟਿਕਲੀ, ਇਹੋ ਜਿਹੇ ਬੰਦਿਆਂ ਨੇ ਨਾ ਉਹਨਾਂ ਡਰੇਨ ਸਿੱਖੀ, ਨਾ ਤਾਂ ਹੋਰ ਨਾ ਚੀਜ਼ ਦੀ ਟ੍ਰੇਨਿੰਗ ਲਈ, ਨਾ ਇਹ ਹਾਲਾਤ ਹੀ ਟੈਟੂ ਤਲਾ, ਇੱਥੇ ਤਲਾ ਨਹੀਂ ਹੈ ਜੀ, ਇਹਦੇ ਵਿੱਚ ਮੈਡੀਕਲ ਲੈਣ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ। ਜੇ ਆਪਾਂ ਉਹ ਚੀਜ਼ਾਂ ਧਿਆਨ ਨਹੀਂ ਰੱਖਦੇ ਤਾਂ ਬਹੁਤ ਭੈੜੀਆਂ ਬਿਮਾਰੀਆਂ ਹੋ ਸਕਦੀਆਂ। ਕਰੋਨਾ ਤਾਂ ਚਲੋ ਹੋਣ ਆਇਆ, ਇਸ ਤੋਂ ਪਹਿਲਾਂ ਬਲੱਡ ਵਿੱਚ ਬਥੇਰੇ ਤਰ੍ਹਾਂ ਦੀਆਂ ਇਨਫੈਕਸ਼ਨਾਂ ਆਉਂਦੀਆਂ ਜਿਹੜੀਆਂ ਤੁਹਾਨੂੰ ਧਿਆਨ 'ਚ ਰੱਖਣੀਆਂ ਪੈਂਦੀਆਂ ਵਾ ਟੈਟੂ ਕਰਦੇ ਹੋਏ। ਸੈਟਅਪ ਕਿੱਦਾਂ ਲਾਉਣਾ, ਤਰੀਂ ਤਵੇਂ ਰੱਖਣਾ ਤੁਸੀਂ ਬੰਦੇ ਦੇ ਬੰਦੇ ਨੂੰ, ਤੁਹਾਡੇ ਥਰੂ ਦੀ ਬਿਮਾਰੀ ਨਾ ਚੱਲ ਜੇ। ਲੋਤੀ ਤਲਦੇ ਹੀ ਬਸ ਨੀੜਾ ਨਵੀਂ ਲਾਤੀ ਤਾਂ ਕਵੋ ਦੇ ਟੈਟੂ, ਬਾਈ ਉਹਨੇ ਨਵੀਂ ਨੀੜਾ ਲਾਏ ਸੀਗੀ, ਅਤੇ ਇੱਦਾਂ ਪਤਾ ਹੀ ਫੇਰ ਐਵੇਂ ਹੋ ਗਿਆ। ਕਾਫ਼ੀ ਚੀਜ਼ਾਂ ਦਾ ਭਾਅ ਜੀ ਧਿਆਨ ਰੱਖਣਾ ਪੈਂਦਾ ਜਦ ਇੱਕ ਬੰਦਾ ਨਵਾਂ ਬਿਲਕੁਲ ਬਿਲਕੁਲ ਕੋਰਾ ਬੰਦਾ ਆ, ਉਹ ਤੁਹਾਡੇ ਕੋਲ ਆਉਂਦਾ ਆ, ਉਹਨੇ ਟੈਟੂ ਬਣਾਉਣਾ, ਉਹਨੂੰ ਕੁਛ ਨਹੀਂ ਪਤਾ, ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਦੇ ਤੁਸੀਂ? ਵੀਰੇ ਇੱਕ ਤਾਂ ਹੁਣ ਕਰੋਨਾ ਦੇ ਟਾਈਮ 'ਚ ਅਸੀਂ ਸਪੈਸ਼ਲ ਬੰਦੇ ਨੂੰ ਪਹਿਲਾਂ ਰਿਕੁਐਸਟ ਕਰੀ ਦੀ ਆ, ਜਿਹੜਾ ਵੀ ਸਾਡੇ ਤੋਂ ਆਉਂਦਾ ਸੀ ਦੋ ਹੱਦ ਇੱਕ ਤੋਂ ਬੰਦਾ ਆਵੇ। ਜੇ ਬੰਦਾ ਆਊਟ ਆਫ ਸਟੇਸ਼ਨ ਤੋਂ ਜਿੱਦਾਂ ਪੰਜਾਬ ਆ ਸ਼ਹਿਰ ਤੋਂ ਬਾਹਰੋਂ ਆ ਰਿਹਾ, ਫਿਰ ਅਸੀਂ ਕਹਿੰਦੇ ਚਲੋ ਦੋ ਜਣੇ ਆ ਜਾਣ, ਪਰ ਤੁਹਾਡੇ ਨਾਲ ਤੀਜਾ ਬੰਦਾ ਨਾ ਹੋਵੇ। ਅਸੀਂ ਆਉਂਦੇ ਸਾਰ ਨੂੰ ਪਹਿਲਾਂ ਸੈਨ ਪ੍ਰੋਪਰ ਹੀ ਬੋਡੀ ਨੂੰ ਸਟੈਰਲਾਈਜ਼ ਕਰੀਦਾ ਵਾ, ਅਤੇ ਉਸ ਤੋਂ ਬਾਅਦ ਉਹਨੂੰ ਪੁੱਛੀਦਾ ਵੀ ਜੇ ਤੁਹਾਨੂੰ ਤੁਸੀਂ ਪਹਿਲਾਂ ਤੁਸੀਂ ਸ਼ੂਗਰ ਵਗੈਰਾ ਤੁਸੀਂ ਹੋ ਬਿਮਾਰੀ ਇੱਦਾਂ ਦੀ, ਤੁਸੀਂ ਚੀਜ਼ ਦੀ ਬਿਮਾਰੀ ਤਾਂ ਨਹੀਂ ਹੈ ਤੁਹਾਨੂੰ, ਤੁਸੀਂ ਜਿਹੜਾ ਤੁਸੀਂ ਅਤੇ ਉਹਨੇ ਆਪਾਂ ਨੂੰ ਹੁਣ ਸਾਹਮਣੇ ਵਾ ਬੰਦਾ ਤੰਦਰੁਸਤ ਆ, ਹੁਣ ਮੈਨੂੰ ਤੁਸੀਂ ਬਿਮਾਰੀ ਹੋਵੇ ਤੁਹਾਨੂੰ ਦੇਖ ਤੇ ਤੁਹਾਨੂੰ ਆਈਡੀਆ ਨਹੀਂ ਹੋਣਾ, ਤਾਂ ਉਹ ਪਹਿਲਾਂ ਇੱਕ ਫੋਰਮ ਪਹਿਲੇ ਤਲਾਇਆ ਜਾਂਦਾ, ਉਹਦੇ ਵਿੱਚ ਉਹਦੇ ਤੋਂ ਸਨੇਚਰ ਤਲਾਏ ਜਾਂਦੇ ਆ ਵੀ ਮੈਨੂੰ ਉਹ ਆਪਦੀ ਗਰੰਟੀ ਆਪ ਲੈਂਦਾ ਵੀ ਮੈਨੂੰ ਇੱਦਾਂ ਦੀ ਕੋਈ ਬਿਮਾਰੀ ਨਹੀਂ ਹੈਗੀ, ਅਤੇ ਮੈਂ ਪ੍ਰੋਪਰ ਹੈਲਦੀ ਹਾਂ, ਅਤੇ ਉਹ ਮੇਰੀ ਜ਼ਿੰਮੇਵਾਰੀ ਆ ਜੇ ਬਾਈ ਚਾਂਸ ਮੈਨੂੰ ਕੋਈ ਹੁੰਦੀ ਵੀ ਆ। ਤਾਂ ਉਦੋਂ ਬਾਅਦ ਅਸੀਂ ਟੀਮ ਆਨਲਾਈਨ ਦੇ ਟੈਟੂ ਸ਼ੁਰੂ ਕਰਦੇ ਹਾਂ। ਠੀਕ ਹੈ, ਆਓ ਪਹਿਲਾਂ ਇੱਕ ਫਾਰਮ ਫਿਲਅਪ ਕਰਾ ਲਿਆ। ਹਾਂਜੀ ਵੀ ਜੇ ਕੱਲ ਨੂੰ 19-21 ਹੁੰਦੀ ਆ ਤਾਂ ਸਾਡੇ ਦੇ ਨਾਮ ਨਾ ਆਵੇ। ਹੁਣ ਜਿੱਦਾਂ ਇੱਕ ਵਾਰ ਕਲਾਇੰਟ ਆਇਆ ਮੇਰੇ ਤੋਂ ਆਇਆ ਰਾਜਸਥਾਨ ਤੋਂ, ਉਹਨੂੰ ਪਿਆਰੇ ਨੂੰ ਹੈ ਨਾ ਘਬਰਾਹਟ ਹੁੰਦੀ ਸੀ ਜਿਵੇਂ ਬਲੱਡ ਦੇਖ ਤੇ ਉਹਨੂੰ ਚਿੱਤਰ ਆ ਜਾਂਦਾ ਸੀ। ਅੱਛਾ, ਉਹਨੇ ਅਸੀਂ ਤੁਧ ਦੀ ਮੈਂ ਫਾਰਮ ਪਹਿਲੇ ਤੋਂ ਮੰਨਦਾ ਪਿਆ, ਮੈਂ ਉਹਨੂੰ ਪੁੱਛਦਾ ਪਿਆ ਤੇ ਵੀਰੇ ਤੁਸੀਂ ਬਿਮਾਰੀ ਤੁਸੀਂ ਤੈਨੂੰ ਉਵੇਂ ਆਪਾਂ ਨੂੰ ਤੁਸੀਂ ਸ਼ੂਗਰ ਵਗੈਰਾ ਤੋਂ ਇੱਦਾਂ ਦੀ ਕੋਈ ਚੀਜ਼ ਤਾਂ ਨਹੀਂ ਹੈਗੀ? ਕਹਿੰਦਾ ਵੀਰੇ ਮੈਨੂੰ ਇੱਦਾਂ ਘਬਰਾਹਟ ਹੋ ਜਾਂਦੀ ਤੇ ਮੈਨੂੰ ਚਿੱਤਰ ਆ ਜਾਂਦੇ ਆ। ਮੈਂ ਉਹਨੂੰ ਕਿਹਾ ਮੈਂ ਵੀਰੇ ਤੂੰ ਆਇਆ ਵੀ ਦੂਰੋਂ ਆ ਤੀ, ਪਰ ਤੀ ਦੇਖ ਲੈ ਤੀ ਮੈਂ ਟੈਟੂ ਕਰਨਾ ਨਹੀਂ ਚਾਹੁੰਦਾ, ਕਹਿੰਦੇ ਬਲੱਡ ਦਾ ਹਲਤਾ ਨਿਕਲਣਾ ਨਹੀਂ ਆ ਤੇ ਤੁਸੀਂ ਚਿੱਤਰ ਸਾਡੇ ਡੈਥ ਪੇ ਤਾਂ ਉਹ ਗਲਤ ਗੱਲ ਹੈ ਨਾ, ਥੜੇ ਪੈਰਾਂ ਬੰਦੇ ਨੇ ਭਾਈ ਝੂਠ ਵੀ ਬੋਲਦੇ ਹੋਣਗੇ ਇੱਦਾਂ ਦੀ ਬਿਮਾਰੀ ਦਾ ਵੀਰੇ? ਨਹੀਂ ਇੱਦਾਂ ਦਾ ਨਹੀਂ, ਤੂੰ ਝੂਠ ਬੋਲਦਾ ਵੀਰੇ, ਬਿਮਾਰੀ ਦੱਸ ਹੀ ਦਿੰਦੇ ਆ। ਉਹ ਬੰਦਾ ਆਇਆ ਵੀ ਦੂਰੋਂ ਸੀਗਾ, ਬੋਤਲੀ ਤਲਾਈ ਉਹਨੇ ਮਹੀਨਾ ਵੇਟ ਤਲ ਤੇ ਆਇਆ ਸੀ ਮੇਰੇ ਕੋਲ, ਅਤੇ ਪਰ ਜਦੋਂ ਉਹਨੇ ਮੈਨੂੰ ਦੱਸਿਆ ਫਿਰ ਮੈਂ ਉਹਦਾ ਟੈਟੂ ਨਹੀਂ ਦਿੱਤਾ। ਮੈਂ ਕਿਉਂ ਹੈ ਨਾ, ਤੀ ਬੰਦਾ ਉਹਦੇ ਚਿੱਤ ਸਾਡੇ ਡੈਥ ਪਵੇ, ਬਾਅਦ 'ਚ ਰੱਬ ਨਾ ਤੁਰੇ ਤੋਂ ਅਨਹੋਨੀ ਹੋ ਗਈ ਤਾਂ ਫਿਰ ਉਹਨੇ ਸਾਡੇ ਉੱਤੇ ਬਰੇਮ ਆਉਣਾ ਵਾ। ਤਾਂ ਫਿਰ ਉਹਨੂੰ ਮੈਂ ਜਵਾਬ ਦਿੱਤਾ, ਉਹ ਵੀ ਪਿਆਰੇ ਫੋਰਸ ਹੋ ਅਤੇ ਅਕਸੈਪਟ ਕੀਤਾ ਨਾ ਕੋਈ ਚਿੱਤਰ ਨਹੀਂ ਵੀਰੇ, ਅਤੇ ਉਹਦਾ ਜੋ ਐਡਵਾਂਸ ਦਾ ਉਹ ਮੈਂ ਰਿਫੰਡ ਤਲਤਾ ਸੀਗਾ ਉਹਦਾ। ਅੱਜ ਕੱਲ੍ਹ ਤਾਂ ਜਿਵੇਂ ਹੁਣ ਬੜਾ ਟ੍ਰੈਂਡ ਚੱਲ ਗਿਆ, ਜਿਹੜੇ ਪਹਿਲਾਂ ਤਾਂ ਬਾਹਰ ਹੁੰਦਾ ਸੀ ਫੋਰਨ ਕੰਟਰੀਜ਼ ਦੇ ਵਿੱਚ ਹੁੰਦਾ ਸੀ, ਜ਼ਿਆਦਾਤਰ ਆਪਾਂ WWE ਦੇ ਦੇਖਦੇ ਹੁੰਦੇ ਛੋਟੇ ਹੁੰਦੇ, ਉਹਦੇ ਵਿੱਚ ਆਪਾਂ ਦੇਖਦੇ ਹੁੰਦੇ ਸੀ ਵੀ ਰੌਕ ਦੇ ਆਹ ਟੈਟੂ ਬਣਾਇਆ ਹੋਇਆ ਜਾਂ ਇਹ ਇਹਦੇ ਆਰਟਿਸਟ ਦੇ ਆਹ ਬਣਾਇਆ ਹੋਇਆ, ਆਪਾਂ ਉੱਥੋਂ ਦੇਖਦੇ ਹੁੰਦੇ ਸੀਗੇ। ਅੱਜ ਕੱਲ੍ਹ ਟ੍ਰੈਂਡ ਬੜਾ ਪੰਜਾਬ ਦੇ ਵਿੱਚ ਇੱਕਦਮ ਮੂਵ ਆਨ ਹੋ ਗਿਆ, ਹੈ ਨਾ? ਹਾਂਜੀ, ਪਹਿਲਾਂ ਸਟਾਰਟਿੰਗ ਵਿਗ਼ ਮੈਂ ਵੀ WWE ਵਾਲਿਆਂ ਦੇ ਦੇਖੇ ਸੀ ਟੈਟੂ ਬਣੇ, ਉਦੋਂ ਪਹਿਲਾਂ ਤਾਂ ਮੈਂ ਵੀ ਦੇਖੇ ਨਹੀਂ ਸੀ ਟੈਟੂ, ਹੈ ਨਾ? ਅਤੇ ਛੋਟੇ ਹੁੰਦੇ ਤੋਂ ਫੈਨ ਆ WWE ਦੇ, ਮੈਂ ਤਾਂ ਬੱਚਾ ਫੈਨ ਸੀ ਤਾਂ ਸਾਰੇ ਦੇਖਦੇ ਆ। ਅਤੇ ਉਸ ਤੋਂ ਬਾਅਦ ਇੱਕ LINT ਦਾ ਤਾਂ ਸ਼ੋਅ ਹੁੰਦਾ ਹੁੰਦਾ ਜੀ BBC ਚੈਨਲ 'ਤੇ, BBC ਸੀ ਪਤਾ ਨਹੀਂ ਚੈਨਲ ਦਾ ਨੇਮ ਭੁੱਲ ਰਿਹਾ ਮੈਂ, ਉਹ ਇਹਦੇ ਟ੍ਰੈਡ ਬੋਂਡੀ ਹੁੰਦੀ ਸੀ, ਉਹ ਇਹ ਤਾਂ ਆਰਟ ਸੀਗੀ, ਉਹ ਪੇਸ਼ੇ ਤੋਂ ਵਧੀਆ ਪੇਂਟਰ ਸੀਗੀ ਅਤੇ ਟੈਟੂ ਕਰਦੇ ਹੁੰਦੇ ਸੀ। ਮੈਂ ਦੇਖਣਾ ਮੈਂ ਤਰੀ ਤੜ ਰਹਿ ਜਾਂਦੇ ਆ, ਪਰ ਤਰ ਤਾਂ ਪਤਾ ਹੀ ਤਰੇ ਨਾ ਪਏ, ਉਹਨੂੰ ਨੌਲੇਜ ਨਹੀਂ ਸੀ ਨਿਆਣੇ ਸਿਰੇ, ਅਤੇ ਬਸ ਉਹ ਸੌਂਕ ਉੱਥੋਂ ਜਰ ਰਿਹਾ। ਅਤੇ ਫਿਰ ਮੈਂ ਸੋਚਿਆ ਯਾਰ ਮੈਂ ਵੀ ਸਿੱਖਣੇ ਆ, ਅਤੇ ਇੱਕ ਦੋ ਮੇਰੇ ਫਰੈਂਡ ਵੀ ਸੀਗੇ, ਉਹਨਾਂ ਨੇ ਵੀ ਮੈਨੂੰ ਕਿਹਾ ਕਿ ਨਹੀਂ ਤੂੰ ਤਾਰ ਅਤੇ ਤੈਨੂੰ ਕਰਨਾ ਚਾਹੀਦਾ ਵਾ। ਹਾਂ, ਫਿਰ ਅਸੀਂ ਸਿੱਖਾਂ ਵਾਸਤੇ ਲਏ, ਅਤੇ ਉਹ ਵੀ ਲੰਬੀ ਸਟੋਰੀ ਆ, ਅਤੇ ਪਰ ਚਲੋ ਪਰਮਾਤਮਾ ਨੇ ਜਿਵੇਂ ਤੈਨੂੰ ਦਿਆ ਮਨ ਵਿੱਚ ਸੀਗਾ, ਪਰਮਾਤਮਾ ਨੇ ਸੁਣੀ ਅਤੇ ਸਿੱਖੇ ਆ। ਬਹੁਤ ਵਧੀਆ, ਮੈਨੂੰ ਲੱਗਦਾ ਅੱਜ ਕੱਲ੍ਹ ਅੱਜ ਨਾਮ ਵੀ ਬਹੁਤ ਵੱਡਾ ਫਿਰ ਜੀ ਆਰਟਿਸਟ ਗਿੱਲ, ਆਪਾਂ ਕਹਿੰਦੇ ਆਪਾਂ ਬੜੀ ਵੀਡੀਓਜ਼ ਦੇਖਦੇ ਹਾਂ ਵੀ ਇਹ ਆਰਟਿਸਟ ਨਾਲ ਜੁੜੇ ਨੇ ਜਾਂ ਹੋਰ ਮੁੰਡੇ ਪਿੰਡਾਂ ਤੋਂ ਵੀ ਹੁੰਦੇ ਨੇ। ਹੁਣ ਜਦ ਆਪਾਂ ਮਿਲਣ ਤੋਂ ਪਹਿਲਾਂ ਵੀ ਹੁਣ ਜਿਹੜਾ ਮੁੰਡਾ ਆਪਣੇ ਨਾਲ ਬੈਠੇ ਸੀਗੇ ਜਿਹਨਾਂ ਦੇ ਸ਼ੋਰਟਸ ਲੈ ਰਹੇ ਸੀਗੇ, ਉਹ ਵੀ ਹੁਣ
ਤੇ ਮੋਸਟਲੀ ਨਹੀਂ ਤਾਂ ਜਿਵੇਂ ਇੱਥੇ ਕੁੜੀ ਆਏ ਸੀ ਉਹ ਗੁਜਰਾਤ ਤੋਂ ਸਿਰਫ ਇੱਥੇ ਨੀਮ ਲਥੋਂ ਦੀ ਸੱਤ ਮੀਤੋਂ ਆਏ ਸੀ ਗੁਜਰਾਤ ਤੋਂ ਪਰੇਂਜ ਰੇਟਰ ਤੋਂ ਅਤੇ ਮੈਂ ਉਹਨੂੰ ਕਿਹਾ ਮੇਰਾ ਉੱਥੇ ਇੰਨੇ ਆਰਟਿਸਟ ਆ ਤੁਸੀਂ ਉੱਥੋਂ ਬਣਵਾ ਸਕਦੇ ਜੀ ਕਹਿੰਦੀ ਨਹੀਂ ਮੈਂ ਬਣਵਾਉਣਾ ਸੋਚਦਾ ਸੀ ਤਾਂ ਮੈਨੂੰ ਤਾਂ ਵਧੀਆ ਲੱਗਦਾ ਅਤੇ ਬੜੀ ਮਾਂ ਅਤੇ ਬੜੀ ਪ੍ਰਾਊਡ ਦੀ ਗੱਲ ਹੁੰਦੀ ਹੈ ਕਿ ਬੰਦਾ ਇੰਨੀ ਦੂਰੋਂ ਚੱਲ ਅਤੇ ਸਿਰਫ ਇੱਥੇ ਨੇਮ ਲਿਖਾਉਣ ਦੀ ਖਾਤਰ ਆਪਣੇ ਕੋਲ ਆ ਰਿਹਾ ਇਹ ਤਾਂ ਪਿੱਛੇ ਆਂਟੀ ਆਏ ਸੀ ਅਤੇ ਉਹਨਾਂ ਨੇ ਆਪਦੇ ਬੱਚੇ ਦੀ ਫੋਟੋ ਬਣਵਾਈ ਸੀ ਉਹ ਮੈਂ ਪੋਸਟ ਵਿਛੇ ਦਿੱਤੀ ਮੇਰੀਆਂ ਹੱਥਾਂ ਭਰ ਆਈਆਂ ਜਦੋਂ ਮੈਂ ਉਹ ਟੈਟੂ ਕੀਤਾ ਵਾ ਮੇਰਾ ਹੋਣ ਦਾ ਤੇਰਾ ਸਭ ਤੋਂ ਇੱਦਾਂ ਦਾ ਟੈਟੂ ਆ ਤੀ ਜਿਹਨੂੰ ਤਰ ਤੇ ਮੇਰੀਆਂ ਆਪਦੀਆਂ ਹੱਥਾਂ ਐਵੇਂ ਹੋ ਰਹੀਆਂ ਤੀ ਯਾਰ फोटो जवाब तो रहा नहीं मैं मुंडे नूं आपदे नाल रखना हमेशा दे लई उह स्पैशल टैट तरबा ते कनेडा तों उन्होंने मैनूं आदे दस्सिया ते उह टैटू तों दी खातर ही इंडिया आए ਅਤੇ ਹਾਲਾਤ ਉੱਥੇ ਇੰਨੇ ਆਰਟਿਸਟ ਆ ਨਹੀਂ ਆ ਤੁਸ ਵੀ ਆ ਤਾਂ ਉਹ ਬੜਾ ਮਾਣ ਮਹਿਸੂਸ ਹੁੰਦਾ ਸੀ ਚੱਲ ਲੋਕ ਕਹਿ ਰਹਿੰਦੇ ਯਾਰ ਪੋਰਟਰੇਟ ਹੀ ਬਣਾਉਂਦਾ ਪਰ ਇਹੋ ਜਿਹੀ ਗੱਲ 'ਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਲੋਕ ਇੰਨੀ ਦੂਰੋਂ ਚੱਲ ਕੇ ਮੈਨੂੰ ਮਿਲਣ ਆਉਂਦੇ ਮੇਰੇ ਤੋਂ ਕੰਮ ਕਰਾਉਣ ਆਉਂਦੇ ਨੇ ਇਹ ਤਾਂ ਮੇਰੇ ਬਾਰੇ ਅਫਵਾਹਾਂ ਬੜੀਆਂ ਡਾਈਆਂ ਹੋਈਆਂ ਜੀ ਇਹ ਪਤਾ ਹੀ ਤਿੰਨਾਂ ਨੇ ਡਾਈਆਂ ਰੱਬ ਜਾਣਦਾ ਮੈਨੂੰ ਮੋਸਟ ਹੀ ਕਹਿੰਦੇ ਭਾਅ ਜੀ ਤੁਸੀਂ ਥੱਲੇ ਪੋਰਟਰੇਟ ਹੀ ਬਣਾਉਂਦੇ ਹੋ ਅਤੇ ਤੁਸੀਂ ਤਾਂ ਸਿਰਫ ਪੋਰਟਰੇਟ ਟੈਟੂ ਤਲਦੇ ਹੋ ਤੁਸੀਂ ਹੋਰ ਨਹੀਂ ਤਲਦੇ ਹੁਣ ਇੱਦਾਂ ਦੀ ਮੇਰੇ ਤੋਂ ਜਿਹੜਾ ਹਰ ਰੋਜ਼ ਟਲੈਂਟ ਆਉਂਦਾ ਮੈਂ ਦੱਸਣਾ ਚਾਹੁੰਦਾ ਵਾਂ ਕਮੈਂਟ ਵੀ ਆਉਂਦੇ ਕਈ ਵਾਰ ਹੈ ਨਾ ਕਈ ਵਾਰ ਗੁੱਸਾ ਵੀ ਚੜ੍ਹ ਜਾਂਦਾ ਯਾਰ ਕੋਈ ਹੋਰ ਟੈਟੂ ਬਣਾਊ ਆਪਾਂ ਬਣਾਵਾਂਗੇ ਹੈ ਨਾ ਅਤੇ ਉਸ ਤੋਂ ਪਹਿਲਾਂ ਜਿਵੇਂ ਆਹ ਮੇਰੇ ਸ਼ੋਅ ਦਿੱਤੇ ਹੋਏ ਆ ਉਹਦੇ ਫਰੇਮ ਲਾਏ ਹੋਏ ਸਾਰੇ ਮੇਰੇ ਬਣਾਏ ਹੋਏ ਟੈਟੂ ਆ ਅਤੇ ਸ਼ੁਰੂ 'ਚ ਲੋਇਨ ਸ਼ੇਰ ਇੱਦਾਂ ਦੀਆਂ ਬੱਥੋ ਬੱਥੇ ਟੈਟੂ ਬਥੇਰੇ ਬਣਾਏ ਆ ਉਸ ਤੋਂ ਬਾਅਦ ਪੋਰਟਰੇਟ ਮੇਰੇ ਸ਼ੁਰੂ ਦਿੱਤੇ ਜਿਹੜੇ ਪੰਜਾਬ 'ਚ ਉਹ ਜ਼ਿਆਦਾ ਫੇਮਸ ਉਹਦੇ ਉਹ ਫੇਮਸ ਹੋਣ ਦੇ ਨਾਲ ਸਾਰਿਆਂ ਨੂੰ ਹੋ ਜਾਂਦਾ ਸੀ ਅਸੀਂ ਪੋਰਟਰੇਟ ਬਣਾਈਏ ਕਿਸੇ ਦੇ ਸੱਚੀ ਫੀਲਿੰਗ ਜੁੜੀਆਂ ਹੁੰਦੀਆਂ ਪੋਰਟਰੇਟ ਦੇ ਨਾਲ ਨਾ ਮਾਪਿਆਂ ਦੇ ਨਾਲ ਤੋਂ ਯਾਦਾਂ ਜੁੜੀਆਂ ਲੋਕ ਤਾਂ ਆਉਣੇ ਸ਼ੁਰੂ ਹੋ ਰਹੇ ਹੁਣ ਜਦੋਂ ਬੰਦਾ ਕੋਈ ਪ੍ਰੋਫੈਸਰ 'ਚ ਤੁਹਾਡਾ ਉੱਪਰ ਤੁਹਾਨੂੰ ਪੋਰਟਰੇਟ ਹੀ ਨਜ਼ਰ ਆਉਣੇ ਆ ਤਾਂ ਲੋਕਾਂ ਨੇ ਮੈਨੂੰ ਸਿਰਫ ਜੋੜ ਲਿਆ ਦੀ ਪੋਰਟਰੇਟ ਹੀ ਬਣਾਉਂਦਾ ਹਾਲਾਂਕਿ ਪੋਰਟਰੇਟ ਸਭ ਤੋਂ ਟਫ ਚੀਜ਼ ਆ ਜਿਹਦੇ 'ਚ ਇਕੱਲੀ ਚੀਜ਼ ਮੈਚ ਕਰਾਉਣੀ ਪੈਂਦੀ ਆ ਜੇ ਨਾ ਕਰਾਵਾਂਗੇ ਤਾਂ ਫੋਟੋ ਉਹਦੇ ਨਾਲ ਮੈਚ ਨਹੀਂ ਹੋਣੀ ਤੇ ਜਿਹੜੀਆਂ ਸ਼ੇਰ ਉਹ ਚੀਜ਼ਾਂ ਹੋਦੀਆਂ ਆ ਤਾਂ ਕਿਸੇ ਨਾਲ ਮੈਚ ਕਰਾਉਣ ਦੀ ਲੋੜ ਨਹੀਂ ਆ ਸੁੱਥੀਆਂ ਚੀਜ਼ਾਂ ਉਹਦੇ ਮੁਕਾਬਲੇ ਇੱਕ ਹਾਸੇ ਵਾਲੀ ਗੱਲ ਆਉਂਦੀ ਆ ਕਹਿੰਦੇ ਵੀ ਉਹ ਜਿਹੜੇ ਮੇਲਿਆਂ ਦੇ ਵਿੱਚ ਬੈਠੇ ਨਹੀਂ ਹੁੰਦੇ ਸੀ ਕੋਨੇ ਤੇ ਉਹ ਕਹਿੰਦੇ ਮੈਂ ਛੋਟੇ ਹੁੰਦੇ ਇੱਥੇ ਬਣਾਇਆ ਤਾਂ ਬਾਅਦ ਸੀ ਘੁੱਗੀ ਪਤਾ ਨਹੀਂ ਕਿਵੇਂ ਵੜ ਗਈ ਉਹੀ ਚੀਜ਼ ਆ ਵੀਰੇ ਅਤੇ ਲੋਕਾਂ ਨੇ ਮੈਨੂੰ ਬਸ ਉਹ ਇੱਕ ਸਟੈਂਪ ਲਾ ਦਿੱਤੀ ਆ ਸਿਰਫ ਪੋਰਟਰੇਟ ਬਣਾਉਂਦਾ ਅਤੇ ਮੈਂ ਹਾਲਾਂਕਿ ਕਹਿੰਦਾ ਹੁੰਦਾ ਵੀਰੇ ਮੇਰੇ ਤੋਂ ਜਿਹੜਾ ਕਲਾਇੰਟ ਆ ਰਿਹਾ ਹੁਣ ਫਲ ਜਦੋਂ ਤੁਹਾਡੀ ਹੁਣ ਜਿੱਦਾਂ ਵੀਰਾ ਆਇਆ ਸੀ ਤਾਂ ਬ੍ਰਦਰ ਦੀ ਫੋਟੋ ਬਣਾਉਣ ਜਿਹਨਾਂ ਦਾ ਮੈਂ ਹੁਣੇ ਟੈਟੂ ਤਲ 'ਤੇ ਹਟਿਆ ਵੀਰੇ ਦੇ ਬ੍ਰਦਰ ਹੁਣ ਇਸ ਦੁਨੀਆ 'ਚ ਹੈ ਨਹੀਂ ਉਹਨਾਂ ਦੀ ਇੱਥੇ ਮੈਂਬਰੀ ਸੀਗੀ ਉਹਨਾਂ ਨਾਲ ਜੁੜੀ ਹੋਈ ਆ ਉਹਨਾਂ ਨਾਲ ਪਿਆਰ ਆ ਉਹਨਾਂ ਦੀ ਫੋਟੋ ਬਣਾਉਣ ਆਏ ਆ ਅਤੇ ਹੁਣ ਮੈਂ ਵੀਰੇ ਤੋਂ ਮੈਂ ਛੱਡੋ ਵੀਰੇ ਤੁਸੀਂ ਫੋਟੋ ਨਾ ਬਣਾਓ ਆਪਾਂ ਤੁਹਾਡੇ ਸ਼ੇਰ ਬਣਾ ਦੇ ਦਿੰਦੇ ਹਾਂ ਜਾਂ ਤੁਸੀਂ ਹੋਰ ਬਣਾ ਦਿੰਦੇ ਹਾਂ ਉਹ ਮੇਰਾ ਹੱਥ ਦਾ ਨਹੀਂ ਬਣਦਾ ਬੰਦੇ ਦੀ ਫੀਲਿੰਗ ਦਾ ਜੁੜੀ ਹੋਈ ਉਹਦਾ ਪੋਰਟਰੇਟ ਬਣਾਉਣ ਆਇਆ ਮੈਂ ਉਹਨੂੰ ਤਵੇਂ ਤਹਿ ਦਵਾਂ ਵੀਰੇ ਤੂੰ ਪੋਰਟਰੇਟ ਨਾ ਬਣਾ ਆਪਾਂ ਤਾਂ ਹੋਰ ਬਣਾਉਂਦੇ ਹਾਂ ਅਤੇ ਮੈਨੂੰ ਤਾਂ ਜੋ ਟਲੈਂਟ ਨੇ ਡਿਮਾਂਡ ਕਰਤੀ ਮੈਨੂੰ ਤਾਂ ਬਣਾਉਣੀ ਹੀ ਪੈਣੀ ਹੈ ਮੈਂ ਆਰਟਿਸਟ ਹਾਂ ਉਹਨਾਂ ਤੋਂ ਮੈਨੂੰ ਪੇ ਕਰ ਰਹੇ ਆ ਅਤੇ ਮੈਨੂੰ ਉਹ ਚੀਜ਼ ਉਹਨਾਂ ਨੂੰ ਦੇਣੀ ਪੈਣੀ ਜੋ ਉਹਨਾਂ ਨੇ ਮੰਨ ਲਈ ਅਤੇ ਹੁਣ ਲੋਕ ਤਾਂ ਦੇਖਦੇ ਕਹਿੰਦੇ ਜੀ ਸਿਰਫ ਪੋਰਟਰੇਟ ਬਣਾਉਂਦਾ ਤੂੰ ਹੋਰ ਇਹਨੂੰ ਸੈੱਟ ਬਣਾਉਣੇ ਨਹੀਂ ਆਉਂਦੇ ਹਾਲਾਂਕਿ ਜੇ ਤੁਸੀਂ ਪ੍ਰੋਫਾਈਲ ਦੇ ਮੇਰੇ ਥੱਲੇ ਜਾਓ ਦੇ ਤੁਸੀਂ ਹਰੇਕ ਤਰ੍ਹਾਂ ਦਾ ਟੈਟੂ ਜਿਹਦੇ ਗੋਰਿਆਂ ਨੇ ਉਦੋਂ ਬਾਹਰ ਕਾਪੀ ਮਾਰਿਆ ਡੇਟਾ ਮਿਲਾ ਕੇ ਦੇ ਲਿਓ ਜਿਹਦੇ ਡਿਜ਼ਾਇਨ ਮੇਰੇ ਬਣਾਏ ਹੋਏ ਸੀਗੇ ਉਹ ਬਾਹਰਲੇ ਬਹੁਤ ਫੇਮਸ ਆਰਟਿਸਟ ਆ ਉਹਨਾਂ ਨੇ ਉਦੋਂ ਬਾਹਰ ਕਾਪੀ ਮਾਰੇ ਆ ਉਹ ਵੀ ਤੀਨ ਆਨ ਲੈਂਦੇ ਆ ਛੇ ਛੇ ਮਹੀਨੇ ਨਹੀਂ ਆ ਚਾਰ ਸਾਲ ਬਾਅਦ ਉਹ ਡਿਜ਼ਾਇਨ ਕਾਪੀ ਹੋਏ ਆ ਸਭ ਤੋਂ ਪਹਿਲਾਂ ਉਹ ਵਾਲੇ ਡਿਜ਼ਾਇਨ ਮੇਰੇ ਸ਼ੁਰੂ ਦਿੱਤੇ ਹੋਏ ਆ ਆਪਦੀ ਕ੍ਰੀਏਟੀਵਿਟੀ ਦੇ ਅਤੇ ਪਰ ਹੁਣ ਪੋਰਟਰੇਟ ਆਈ ਜਾਂਦੇ ਹੁਣ ਬਣਾਉਣੇ ਪੈ ਰਹੇ ਤਾਂ ਫਿਰ ਅਤੇ ਬਾਈ ਜਿਹੜੇ ਹੁਣ ਜਿਹੜੇ ਮੁੰਡੇ ਤੁਹਾਡੇ ਕੋਲ ਬਣਾਉਣ ਆਉਂਦੇ ਨੇ ਉਹਦੇ ਵਿੱਚ ਕੋਈ ਇੱਦਾਂ ਦੇ ਵੀ ਆਉਂਦੇ ਹੋਣਗੇ ਵੀ ਯਾਰ ਵੀ ਆਹ ਮੇਰਾ ਟੈਟੂ ਸਹੀ ਨਹੀਂ ਬਣਿਆ ਇਹਨੂੰ ਇਹਦਾ ਹੋਰ ਬਣਾ ਦੇ ਯਾਰ ਮਿਟਾ ਦਿਓ ਜਾਂ ਤਾਂ ਵੀਰੇ ਜੋ ਇੱਦਾਂ ਮੰਨਦੀ ਹੁਣ ਕਈ ਲੋਕ ਤੀ ਦੱਸਦੇ ਉਹੀ ਮੈਂ ਜਿਹੜਾ ਦੱਸਿਆ ਤੀ ਰੇਟ ਤੇ ਫਲਤ ਪਿੱਛੇ ਅਗਲਾ ਕਹਿੰਦਾ ਤੀ ਸਸਤਾ ਬਣਵਾ ਲਈਏ ਉਹ ਫਿਰ ਆਉਂਦੇ ਆ ਵੀਰੇ ਆਹ ਉਹਨੇ ਇੱਦਾਂ ਹੋ ਰਿਹਾ ਉੱਦਾਂ ਹੋ ਰਿਹਾ ਇਹਨੂੰ ਕਵਰ ਅਪ ਦੱਸ ਦਿਓ ਅਤੇ ਇਹ ਟੈਟੂ ਤਾਂ ਹੁੰਦਾ ਹੀ ਅਸੀਂ ਕਵਰ ਅਪ ਦੱਸ ਦਿੰਦੇ ਹਾਂ ਕਈਆਂ ਦਾ ਹੱਲ ਹੀ ਨਹੀਂ ਹੁੰਦਾ ਤਾਂ ਉਹਨਾਂ ਫਿਰ ਜਵਾਬ ਹੀ ਦੇ ਦਈਦਾ ਤੀ ਵੀਰੇ ਨਹੀਂ ਕਈ ਲੋਕ ਤੀ ਦੱਸਦੇ ਆ ਤੀ ਜਿੱਦਾਂ ਮੇਰੇ ਤੋਂ ਆਉਂਦੇ ਆ ਤੀ ਅੱਡ ਅੱਡ ਆਰਟਸਾਂ ਤੋਂ ਜ਼ਿਆਦਾ ਇੱਕ ਤੋਂ ਚੱਲੇ ਅਤੇ ਦੂਜੇ ਨੂੰ ਰੇਟ ਪੁੱਛ ਰਿਹਾ ਉਹਦੇ ਤੋਂ ਚੱਲੇ ਮੂਹਰੇ ਬਾਂਹ ਦੱਸਤੀ ਕੰਮ ਉਹਨਾਂ ਨੇ ਦੇਖਣਾ ਨਹੀਂ ਉਹਨਾਂ ਨੇ ਬਸ ਆਹੀ ਦੇਖਣਾ ਸੀ ਰੇਟ ਤੋਂ ਬੇਹਦਾ ਅਤੇ ਬਾਅਦ 'ਚ ਬਾਹਰ ਇੰਨਾ ਇੱਕ ਵਾਰ ਮੈਂ ਸਟੋਰੀ ਦੱਸਣਾ ਸੁਧਾਰ ਹੁੰਦਾ ਸਟੂਡੀਓ ਮੇਰਾ ਮੁੰਡਾ ਆਇਆ ਉਹਨੇ ਤੁਸੀਂ ਸ਼ਿਵਜੀ ਦੀ ਫੋਟੋ ਬਣਵਾਈ ਸਭ ਤੋਂ ਪਹਿਲਾਂ ਰੇਟ ਮੈਨੂੰ ਪੁੱਛਿਆ ਟੈਟੂ ਕਰਵਾਉਣਾ ਸੀਗਾ ਚਲੋ ਉਹਨੂੰ ਨਹੀਂ ਰੇਟ ਫਿੱਟ ਬੈਠਿਆ ਹੋਣਾ ਫਿਰ ਕਿਸੇ ਆਰਟਿਸਟ ਤੋਂ ਬਣਵਾ ਲਿਆ ਉਹਨੇ ਕੁਛ ਹੋਰ ਹੀ ਬਣਾਤਾ ਫਿਰ ਮੈਨੂੰ ਸਹੀ ਤਰਵਾਉਣ ਵਾਸਤੇ ਪੁੱਛਿਆ ਚਲੋ ਮੈਂ ਫਿਰ ਵੀ ਚੱਲ ਦੱਸਤਾ ਮੈਂ ਇੰਨਾ ਤਾਂ ਲੱਗੂਗਾ ਉਸ ਤੋਂ ਬਾਅਦ ਫਿਰ ਹੋਰ ਪਾਸੇ ਲਿਆ ਉਹਨੇ ਤਿੰਨੋਂ ਲੈਂਦਿਆ ਉਦੋਂ ਬਾਹਰ ਹੋ ਜਥਨਾ ਵੱਢਦੀ ਅਤੇ ਬਾਅਦ 'ਚ ਮੇਰੇ ਤੋਂ ਆ ਗਿਆ ਉਹਦਾ ਤੁਸੀਂ ਹੱਲ ਹੀ ਨਹੀਂ ਸੀਗਾ ਟੈਟੂ ਦਾ ਮੇਰਾ ਭਰਾਵਾ ਹੁਣ ਤਾਂ ਮੇਰੇ ਤੋਰ ਆਉਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਕਹਿੰਦਾ ਬਾਅਦ 'ਚ ਕਹਿੰਦਾ ਵੀਰੇ ਜਿੰਨੇ ਮਰਜ਼ੀ ਪੈਸੇ ਲੈ ਲਾ ਸਹੀ ਚੱਲਦੇ ਮੈਂ ਵੀਰੇ ਆਹ ਚੀਜ਼ ਨੂੰ ਪਹਿਲਾਂ ਸੋਚਣੀ ਚਾਹੀਦੀ ਸੀ ਬਿਲਕੁਲ
ਉਮਰ ਭਰ ਦੀ ਚੀਜ਼ ਨਾਲ ਰਹਿਣੀ ਹੈ ਸਾਰੀ ਲਾਈਫ ਵੀਰ। ਆਪਾਂ ਕੱਪੜਾ ਲੈਂਦੇ ਹਾਂ, ਆਪਾਂ ਬ੍ਰਾਂਡਡ ਕੱਪੜੇ ਪਾਉਂਦੇ ਹਾਂ ਅਤੇ ਸੋਹਣਾ ਲੱਗੇ ਹੈ ਨਾ, ਅਤੇ ਕੱਪੜਾ ਪਾਇਆ ਕੱਪੜਾ ਤੁਹਾਡੇ ਸਰੀਰ 'ਤੇ ਹੱਥ ਤੁਸੀਂ 6 ਮਹੀਨੇ ਹੰਢਾ ਲਓ ਦੇ, ਸਾਲ ਹੰਢਾ ਲਓ ਦੇ। ਟੈਟੂ ਇੱਦਾਂ ਦੀ ਚੀਜ਼ ਹੈ ਜਿਹੜੀ ਇਸ ਤੋਂ ਬਾਅਦ ਬਣਦੀ ਹੈ ਨਾ, ਤੁਹਾਡੇ ਹੈ ਨਾ ਸੀਵਿਆਂ ਦਾ ਤਾਂ ਤੁਹਾਡੇ ਨਾਲ ਜਾਣੀ ਆ। ਤਾਂ ਲੋਕ ਆਹ ਚੀਜ਼ ਨਹੀਂ ਸੋਚਦੇ, ਲੋਕ ਤਾਂ ਹਮੇਸ਼ਾ ਰੇਟ ਕੰਪੇਅਰ ਕਰੋ ਦੇ, ਨਹੀਂ ਤਾਂ ਪਤਾ ਹੀ 30 ਚੀਜ਼ਾਂ ਹੁੰਦੀਆਂ ਮੈਂ ਨਹੀਂ ਕਹਿ ਸਕਦਾ। ਅਤੇ ਪਰ ਜੇ ਹੁਣ ਲੋਕ ਕਹਿੰਦੇ ਨੇ ਹਾਂ ਦਿਲ ਵਿੱਚ ਹੋਮੇ ਆ, ਦਿਲ ਦੂਜੇ ਟੈਟੂ ਆਰਟਸਾਂ ਨੂੰ ਇੱਦਾਂ ਕਹਿੰਦਾ, ਮੈਂ ਕਿਸੇ ਨੂੰ ਨਹੀਂ ਕਹਿੰਦਾ ਵੀਰੇ, ਮੈਂ ਕਹਿੰਦਾ ਜਿਹੜਾ ਐਕਚੁਅਲ ਟੈਲੈਂਟ ਆ ਵਿੱਚ ਵਧੀਆ ਵਧੀਆ ਆਰਟਸ ਬੜੇ ਉੱਠੇ ਆ ਅਤੇ ਬੜੇ ਵਧੀਆ ਕੰਮ ਵੀ ਚੱਲਦੇ ਪਏ ਆ, ਹੈ ਨਾ, ਤੁਸੀਂ ਜੇ ਉਹਨਾਂ ਤੋਂ ਜਾ ਵੜੋ, ਐਵੇਂ ਨਹੀਂ ਕਹਿੰਦਾ ਵੀ ਮੇਰੇ ਕੋਲ ਆਓ। ਵੀਰੇ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰਦਾ ਹਟਿਆ, ਸਾਲ ਵਿੱਚ 365 ਦਿਨ, 365 ਦੇ ਵਿੱਚ ਮੈਂ ਛੁੱਟੀਆਂ ਵੀ ਲੈਂਦਾ, ਤਾਂ ਮੈਂ ਜਿਵੇਂ ਸਾਲ ਦੇ ਹੱਦ ਤੁਸੀਂ ਹਿਸਾਬ ਲਾ ਲਓ, ਮੈਂ ਸਾਲ ਦੇ ਵਿੱਚ 200 ਟੈਟੂ ਮਸਾਂ ਤਲਦਾ ਹੋਣਾ ਇੱਕ ਸਾਲ ਦੇ ਅੰਦਰ। ਅਤੇ ਆਪਣੀ ਜਿਵੇਂ ਆਪਾਂ ਪਹਿਲਾਂ ਪੰਜਾਬ ਨੂੰ ਟਾਰਗੇਟ ਕਰਦੇ ਹਾਂ ਭਾਈ, 3 ਕਰੋੜ ਦੀ ਆਬਾਦੀ ਆ, ਤਾਂ 3 ਕਰੋੜ ਦੀ ਆਬਾਦੀ ਦੇ ਵਿੱਚ ਜੇ ਮੈਂ ਮੈਂ ਹੱਦ 10 ਸਾਲ ਤੱਕ ਤਾਲੂੰ, 20 ਸਾਲ ਤਾਲੂੰ, ਮੈਂ ਥਿੱਚ ਧੂ 'ਤੇ ਵੀ 10,000 ਤੋਂ ਵੱਧ ਟੈਟੂ ਨਹੀਂ ਬਣਾ ਸਕਦਾ ਇੰਨੇ ਸਾਲਾਂ 'ਚ। ਹੱਦ 20,000 ਬਣਾ ਲੂਗਾ, 30,000 ਬਣਾ ਲੂ, ਤਿੱਥੇ ਆਬਾਦੀ ਇੰਨੀ ਆ, ਹੋਰ ਵੀ ਆਈ ਜਾਂਦੀ ਆ। ਜੇ ਮੈਂ ਤਾਂ ਸਾਰੀ ਆਬਾਦੀ ਦੇ ਮੈਂ ਹੀ ਟੈਟੂ ਦਾ ਨਿਆਣੇ ਮੇਰੇ ਤੋਂ ਹੀ, ਉਹ ਇੱਦਾਂ ਥੋੜ੍ਹੀ ਨਾ ਹੋਜੂਗਾ। ਆਰਟਿਸਟ ਹੋਰ ਵੀ ਆ, ਤੁਸੀਂ ਉਹਨਾਂ ਤੋਂ ਵੀ ਜਾਓ, ਪਰ ਤੁਸੀਂ ਕੰਮ ਦੇਸ਼ 'ਤੇ ਜਾਓ, ਕੰਮ ਕੰਪੇਅਰ ਕਰੋ ਅਤੇ ਤੁਹਾਨੂੰ ਜੋ ਕੰਮ ਵਧੀਆ ਲੱਗ ਰਿਹਾ ਵਾ ਤੁਹਾਡੇ ਰੇਟ 'ਤੇ, ਤੁਹਾਡੇ ਬਜਟ ਦੇ ਵਿੱਚ ਵੀ ਆ, ਤੁਸੀਂ ਉਹਨਾਂ ਤੋਂ ਜ਼ਿਆਦਾ ਬਣਵਾ ਲਓ। ਪਰ ਜਦੋਂ ਤੁਸੀਂ ਸਿਰਫ ਦੇਖਣਾ ਦੀ ਕੰਮ ਕੰਪੇਅਰ ਹੀ ਨਹੀਂ ਕਰਨਾ, ਜਸਟ ਦੇਖਣਾ ਦੀ ਰੇਟ ਡਿਫਰੈਂਸ ਦੇਖਣਾ, ਫਿਰ ਉਦੋਂ ਫਰਕ ਪੈ ਜਾਂਦਾ ਉਦੋਂ। ਅੱਛਾ ਗਿੱਲ ਵੀਰੇ, ਤੁਹਾਡੀ ਤੁਸੀਂ ਥੋੜ੍ਹੇ ਦਿਨ ਪਹਿਲਾਂ ਪੋਸਟ ਪਾਈ ਸੀਗੀ, ਤੁਸੀਂ ਇੱਕ ਟੈਟੂ ਬਣਾਇਆ ਸੀ ਕੁੜੀ ਦੇ, ਉਹ ਪੋਸਟ ਨੂੰ ਲੈ ਕੇ ਮੈਨੂੰ ਲੱਗਾ ਕਿਤੇ ਨਾ ਕਿਤੇ ਕਾਫੀ ਟਿੱਪਣੀ ਕੀਤੀ ਗਈ, ਬੈਡ ਕਮੈਂਟਸ ਆਏ, ਉਹਦੇ ਕੀ ਰਿਐਲਿਟੀ ਕੀ? ਉਹੀ ਲੋਕਾਂ ਨੇ ਆਪਦੀ ਮੈਂਟੈਲਿਟੀ ਸ਼ੋਅ ਦਿੱਤੀ ਤੀ ਲੋਕਾਂ ਨੇ ਵਿੱਚ, ਵਧੀਆ ਮੈਂਟੈਲਿਟੀ ਬਾਰੇ ਬੰਦੇ ਵੀ ਬਹੁਤ ਵਧੀਆ ਸੀ ਜਿਨ੍ਹਾਂ ਨੇ ਉਹਦਾ ਰਿਪਲਾਈ ਵੀ ਦਿੱਤਾ, ਉਲਟਾ ਜਿਨ੍ਹਾਂ ਨੇ ਵਧੀਆ ਰਿਪਲਾਈ ਦਿੱਤਾ ਉਹ ਜਿਹੜੇ ਉਹ ਸੀਧੇ ਉਹਨਾਂ ਨਾਲ ਬਹਿਸ ਪਏ, ਨਹੀਂ ਥੱਲੇ ਡਿਬੇਟ ਸ਼ੁਰੂ ਹੋ ਗਈ ਕਮੈਂਟ ਦੇ ਕਮੈਂਟ, ਹੈ ਨਾ, ਜਿਵੇਂ ਇੱਕ ਮੁੰਡੇ ਨੇ ਕਮੈਂਟ ਕੀਤਾ ਰਹਿੰਦਾ ਹਾਏ ਨਜ਼ਾਰੇ ਆ ਇਹਦੇ ਤਾਂ, ਤੀ ਅਸੀਂ ਵੀ ਟੈਟੂ ਬਣਾਉਣੇ ਸ਼ੁਰੂ ਕਰ ਦਈਏ। ਫਿਰ ਕਿਸੇ ਭੈਣ ਨੇ ਉਹਦਾ ਜਵਾਬ ਦਿੱਤਾ, ਕਹਿੰਦੀ ਸ਼ੁਰੂ ਆਪਦੀ ਭੈਣ ਤੋਂ ਤਾਲੀ, ਮੈਨੂੰ ਬੋਲਣ ਦੀ ਲੋੜ ਨਹੀਂ ਪਈ, ਮੈਂ ਕਮੈਂਟ ਪੜ੍ਹੇ ਸਾਰੇ ਪੜ੍ਹੇ, ਇਹੋ ਜਿਹੀ ਗੱਲ ਨਹੀਂ ਤੀ, ਮੈਂ ਪੜ੍ਹੇ ਨਹੀਂ ਹੈਰੇ, ਮੈਂ ਸਾਰੇ ਪੜ੍ਹੇ, ਮੇਰਾ ਵੀ ਦਿਲ ਕੀਤਾ ਜੀ ਮੈਂ ਬੋਲਣਾ, ਆਪਾਂ ਮੈਂ ਚੰਗਾ ਨਹੀਂ ਸਮਝਿਆ, ਮੈਨੂੰ ਪਤਾ ਮੇਰਾ ਰੋੜਾ ਮਾਰੂਗਾ ਸਿੱਟੇ ਆਪਦੇ ਦੇ ਪੈਣੇ ਆ, ਆਪਾਂ ਕਿਸੇ ਦਾ ਮੂੰਹ ਨਹੀਂ ਚੁੱਪ ਕਰਾ ਸਕਦੇ। ਉਹਦੇ ਵਿੱਚ ਹੀ ਉਦੋਂ ਬਾਅਦ ਡਿਬੇਟ ਚੱਲ ਰਹੀ ਆ, ਤੁਸੀਂ ਹੈ ਨਾ ਕਹਿ ਰਹੇ ਪੰਜਾਬੀ ਕਲਚਰ ਨੂੰ ਇੱਦਾਂ ਕਰ ਰਹੇ ਆ, ਆ ਇੱਦਾਂ ਤੁਹਾਨੂੰ ਦੰਦ ਪਾਉਣ ਲੱਗਿਆ ਨਹੀਂ, ਤੁਸੀਂ ਸਿੰਪਲ ਜਿਹਾ ਇੱਕ ਟੈਟੂ ਸੀ ਜਿਹੜਾ ਤੁਸੀਂ ਰੇਡੀ 'ਚ ਆਏ, ਉਹਨਾਂ ਨੇ ਤੁਸੀਂ ਨੇਮ ਲਿਖਾਉਣਾ ਸੀਗਾ, ਆਪਾਂ ਜਿੱਦਾਂ ਉਹਨੂੰ ਕਹਿੰਦੇ ਇੱਥੇ ਰੋਣਾ ਵਾ, ਅਤੇ ਮੈਂ ਮਾੜਾ ਉੱਪਰ ਰੱਤੇ ਬਣਾਉਂਦਾ, ਉਹ ਕਹਿੰਦੇ ਤੀ ਨਹੀਂ ਜੀ ਅੱਜ 3 ਵਾਲੇ ਦੇ, ਮੈਂ ਤੁਸੀਂ ਸ਼ੋਅ ਨਹੀਂ ਕਰਨਾ, ਅਤੇ ਮੈਂ ਹਾਈਡ ਹੀ ਰੱਖਣਾ ਵਾ, ਅਤੇ ਮੈਂ ਇੱਥੇ ਟੈਟੂ ਕਰਵਾਉਣਾ ਵਾ, ਅਤੇ ਮੈਂ ਤੂੰ ਚਿੱਤ ਨਹੀਂ ਮੇਰਾ ਕੰਮ ਆ, ਅਤੇ ਅਸੀਂ ਕਰਨਾ ਵਾ, ਅਤੇ ਮੈਂ ਚੱਲਤਾ। ਉਦੋਂ ਉਹਨਾਂ ਨੂੰ ਮੈਂ ਪਰਮਿਸ਼ਨ ਵੀ ਲਈ ਸੀ, ਅਸੀਂ ਸਟੋਰੀਆਂ ਪਾ ਸਕਦੇ ਹਾਂ, ਸਾਡਾ ਕੰਮ ਹੀ ਸਾਨੂੰ ਸਟੋਰੀਆਂ ਪਾਉਣੀਆਂ ਪੈਂਦੀਆਂ, ਉਦੋਂ ਬਾਅਦ ਸਾਡਾ ਕੰਮ ਸਾਨੂੰ ਹੋਰ ਕੰਮ ਮਿਲਦਾ ਵਾ, ਅਤੇ ਉਹ ਕਹਿੰਦੀ ਤੋਈ ਮੈਨੂੰ ਇਸ ਇੱਦਾਂ ਦਾ ਇਸ਼ੂ ਨਹੀਂ ਹੈਗਾ, ਤੁਸੀਂ ਪਾ ਸਕਦੇ ਹੋ। ਅਤੇ ਉਦੋਂ ਬਾਅਦ ਪੋਸਟ ਪਾਈ ਆ, ਅਤੇ ਲੋਕਾਂ ਨੇ ਥੱਲੇ ਕਮੈਂਟ ਜਿਹੜੇ ਇੱਦਾਂ ਦੀ ਮੈਂਟੈਲਿਟੀ ਬਾਰੇ ਆ, ਜੀ ਆਹ ਪਾਉਣ ਲੱਗੇ, ਦੰਦ ਪਾਉਣ ਲੱਗ ਪਏ, ਆਹ ਤਾਂ ਇੱਦਾਂ ਦੰਨ ਲੱਗ ਪਏ ਉੱਦਾਂ, ਹੈ ਨਾ, ਅਤੇ ਥੱਲੇ ਵਿੱਚ ਕਈ ਭੈਣਾਂ ਨੇ ਬੜੇ ਵਧੀਆ ਰਿਪਲਾਈ ਦਿੱਤੇ ਉਹਨਾਂ ਦੇ, ਹੈ ਨਾ, ਅਤੇ ਉਲਟਾ ਉਹਨਾਂ ਨੂੰ ਗਾਲਾਂ ਕੱਢਣ ਲੱਗ ਪਏ, ਤੁਸੀਂ ਇੱਕ ਪਾਸੇ ਤਾਂ ਕਹਿ ਰਹੇ ਹੋ ਕੁੜੀ ਤੁਸੀਂ ਇੱਦਾਂ ਦੰਦ ਪਾ ਰਹੇ ਹੋ, ਅਤੇ ਤੁਸੀਂ ਕੁੜੀਆਂ ਨੂੰ ਹੀ ਗਾਲਾਂ ਕੱਢ ਰਹੇ ਹੋ, ਅਤੇ ਤੁਹਾਡੀ ਮੈਂਟੈਲਿਟੀ ਤਾਂ ਉੱਥੋਂ ਹੀ ਪਤਾ ਚੱਲ ਰਹੀ ਹੈ ਵੀ ਤੁਸੀਂ ਇੰਨੀ ਵਧੀਆ ਮੈਂਟੈਲਿਟੀ ਦੇ ਬੰਦੇ ਹੋ। ਜੇ ਡਾਕਟਰ ਓਪਰੇਸ਼ਨ ਚੱਲਦੇ ਆ, ਉਹ ਵੀ ਜੈਂਟਸ ਡਾਕਟਰ ਵੀ ਚੱਲਦੇ ਆ, ਹੈ ਨਾ, ਡਿਲੀਵਰੀਆਂ ਹੁੰਦੀਆਂ ਵਾ ਭੈਣਾਂ ਦੀਆਂ, ਤੁਸ ਵੀ ਆ ਉੱਥੇ ਵੀ ਡਾਕਟਰ ਹੀ ਹੁੰਦੇ ਆ, ਜੇ ਤੁਹਾਡੀ ਇੰਨੀ ਮੈਂਟੈਲਿਟੀ ਆ, ਤੁਸੀਂ ਕਹਿੰਦੇ ਆ ਕਿ ਮੁੰਡਾ ਜਿੱਥੇ ਮਰਜ਼ੀ ਬਣਵਾ ਲਵੇ ਟੈਟੂ, ਕਿਸੇ ਨੂੰ ਕੋਈ ਇਤਰਾਜ਼ ਨਹੀਂ, ਕੁੜੀ ਨੇ ਜਿੱਥੇ ਟੈਟੂ ਬਣਾ ਲਿਆ ਤਾਂ ਉੱਥੇ ਤੋਂ ਉਂਦਲ ਥੜੀ ਹੋ ਜਾਣੀ ਆ। ਲੋਕਾਂ ਨੂੰ ਜੱਜਤਾਂ ਦੀ ਇੰਨੀ ਦੰਦੀ ਆਦਤ ਪਈ ਹੋਈ ਆ, ਕਿਸੇ ਦੀ ਲਾਈਫ ਆ ਜੀ, ਹੈ ਨਾ, ਅਤੇ ਤੁਸੀਂ ਉਹਨੂੰ ਜੱਜਤਾਂ ਨੂੰ ਵਜੇ ਤੋਂ ਹੁੰਦੇ ਹੋ। ਇੱਕ ਇਹਦੇ ਨਾਲ ਸਵਾਲ ਇਹ ਵੀ ਜੁੜਦਾ ਆ, ਕਈ ਅੱਜ ਕੱਲ੍ਹ ਮੈਂਟੈਲਿਟੀ ਆਪਣੀ ਇਹ ਬਣ ਗਈ ਆ, ਪਹਿਲਾਂ ਅੱਜ ਕੱਲ੍ਹ ਦਾ ਟੈਟੂ ਵੈਸੇ ਬਣਾਉਣ ਬਹੁਤ ਲੱਗ ਗਏ, ਪਹਿਲਾਂ ਕੀ ਹੁੰਦਾ ਸੀਗਾ ਵੀ ਲੋਕ ਜੇ ਕਿਸੇ ਦੇ ਟੈਟੂ ਬਣਾਇਆ ਹੋਇਆ ਸਪੈਸ਼ਲੀ ਜੇ ਕੁੜੀ ਦੇ, ਤਾਂ ਉਹਨੂੰ ਜੱਜ ਕਰਦੇ ਸੀਗੇ ਵੀ ਇਹ ਕੁੜੀ ਡਿਫਾਲਟਰ ਹੈ। ਮੇਰੇ ਤੋਂ ਇੱਦਾਂ ਦੇ ਕਲਾਇੰਟ ਆਉਂਦੇ ਆ ਜਿਹੜੇ ਆਪਣੀਆਂ ਭੈਣਾਂ ਦੇ ਨਾਲ ਆਉਂਦੇ ਆ, ਅਤੇ ਸਪੈਸ਼ਲ ਲੈ ਤੇ ਆਉਂਦੇ, ਬੜੇ ਮਾਣ ਨਾਲ ਲੈ ਤੇ ਆਉਂਦੇ, ਅਤੇ ਅਸੀਂ ਗੱਲ ਵੀਰੇ ਤੋਂ ਜ਼ਿਆਦਾ ਟੈਟੂ ਕਰਵਾਉਣਾ ਵਾ, ਅਤੇ ਉਹਨਾਂ ਨੂੰ ਪੂਰਾ ਮਾਣ ਹੁੰਦਾ ਵੀ ਹਾਂ ਭਾਈ ਸਾਡੀ ਧੀ ਭੈਣ ਇੱਥੇ ਆਈ ਆ, ਅਤੇ ਤੀਨ ਆਉਣ ਲੈਂਦੇ ਅਤੇ ਅਸੀਂ ਸੇਫ ਜਗ੍ਹਾ 'ਤੇ ਆਏ ਹਾਂ, ਅਤੇ ਇੱਦਾਂ ਦੇ ਤੁਸੀਂ ਗਲਤ ਪਾਸੇ ਨਹੀਂ ਆਏ, ਅਤੇ ਉਹ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਭਰਾ ਨਾਲ ਆਉਂਦੇ ਆ ਟੈਟੂ ਬਣਵਾਉਣ। ਵੀਰੇ ਸੌਂਤ ਆ, ਮਹਿੰਦੀ ਦਾ ਸੌਂਤ ਸਾਰਿਆਂ ਨਾਲ ਵੱਧ ਕੁੜੀਆਂ 'ਚ ਪਾਇਆ ਜਾਂਦਾ, ਸਜਣ ਸਜਾਉਂਦਾ, ਹੈ ਨਾ, ਕੁੜੀਆਂ ਹੱਥ 'ਤੇ ਮਹਿੰਦੀਆਂ ਲਵਾਉਂਦੀਆਂ, ਮੁੰਡੇ ਤਾਂ ਨਹੀਂ ਲਵਾਉਂਦੇ,
ਉਹਦੇ ਤੋਂ ਪਤਾ ਚੱਲਦਾ ਤੂੜੀਆਂ ਵਿੱਚ ਆਪਣੇ ਨਾਲ ਵੱਧ ਸ਼ੌਂਕ ਆ ਆਹ ਚੀਜ਼ਾਂ ਨੂੰ ਲੈ ਕੇ ਸਜਣਾ ਸਵਣਾ ਟੈਟੂ ਬਣਾਉਣਾ ਪਰ ਆਪਣੇ ਇੱਥੇ ਲੋਕਾਂ ਦੀ ਮੈਂਟੈਲਿਟੀ ਹੈ ਜੇ ਤੂੜੀ ਨੇ ਟੈਟੂ ਬਣਾ ਲਿਆ ਤਾਂ ਉਹਨੂੰ ਆਪਾਂ ਦੇਖਦੇ ਹਾਂ ਕਿ ਆਹ ਤੂੜੀ ਪਤਾ ਨਹੀਂ ਕਿੱਦਾਂ ਦੀ ਹੋਣੀ ਆ ਇਹਨੇ ਟੈਟੂ ਬਣਾ ਲਿਆ ਜੱਜ ਤਾਂ ਨਾਲ ਪੈਂਦਾ ਜੀ ਹਾਲਾਂ ਜੇ ਮੁੰਡੇ ਨੂੰ ਹਰੇ ਤਾਂ ਦਾਦੀ ਧਾਰ ਆ ਤੇ ਉਹ ਜਿੱਥੇ ਮਰਜ਼ੀ ਟੈਟੂ ਬਣਾ ਲਿਆ ਮੁੰਡਾ ਬਣਾਵੇ ਤਾਂ ਮੁੰਡਾ ਬਣਾਵੇ ਤਾਂ ਯਾਰ ਬੜਾ ਸੋਹਣਾ ਬੜਾ ਸੋਹਣਾ ਬਣਾਇਆ ਜੇ ਤੂੜੀ ਨੇ ਬਣਾ ਲਈ ਤੂੜੀ ਨੂੰ ਦੱਸ ਜੱਜ ਤੁਹਾਨੂੰ ਪੈਂਦਾ ਹੁਣ ਜਿਵੇਂ ਉਹ ਉਦਣ ਪੋਸਟ ਸੀ ਉਹ ਮੈਨੂੰ ਬਾਅਦ ਚ ਪੈਣ ਦਾ ਮੈਸੇਜ ਆਇਆ ਉਹ ਕਹਿੰਦੇ ਦੀ ਪਲੀਜ਼ ਤੁਸੀਂ ਪੋਸਟ ਰੀਡ ਮਾਰ ਦਿਓ ਉਹਨਾਂ ਨੇ ਕਮੈਂਟ ਦੇ ਸੁਣਿਆ ਉਹਨਾਂ ਤੀ ਪਰ ਉਹਨਾਂ ਦਿਲ ਤੇ ਤੀ ਬੀਤੀ ਹੋਵੇ ਤੇ ਉਹਨਾਂ ਨੇ ਇਦਾਂ ਹੁੰਦਾ ਪਤਾ ਹੀ ਮੈਂ ਤੀ ਪਾਪ ਤਲੇ ਟੈਟੂ ਬਣਾ ਦੇ ਕਿਉਂਕਿ ਬੰਦਾ ਇੱਕ ਕੰਮ ਸੱਚੀ ਨੀਤ ਨਾਲ ਕਰਦਾ ਆ ਪਰ ਜਿਹੜੇ ਲੋਕ ਹੀ ਨੇ ਲੁੱਤੀਆਂ ਲਾ ਲਾ ਕੇ ਉਹਨੂੰ ਕਿਤੇ ਕਿਤੇ ਲੈ ਜਾਂਦੇ ਨੇ ਉਹਨੂੰ ਆਦਮੀ ਦੇ ਚ ਮੈਨੂੰ ਤਾਂ ਮਾੜਾ ਬਣਾਤਾ ਹੈ ਨਾ ਕਿ ਹਾਂ ਤੁਸੀਂ ਟੈਟੂ ਬਣਾਇਆ ਤਾਂ ਤੁਸੀਂ ਗਲਤ ਹੋ ਦੇ ਹਾਲਾਂ ਕਿ ਤੁਸੀਂ ਉਹਨਾਂ ਦੀ ਇੱਦਾਂ ਦੀ ਅਟੈਂਸ਼ਨ ਹੀ ਵਧੀਆ ਬਹੁਤ ਵਧੀਆ ਸਿਰੇ ਤਲੈਂਟ ਹੈ ਨਾ ਟੈਟੂ ਬਣਵਾਇਆ ਵਾ ਤਾਂ ਉਹੀ ਹੈ ਜੀ ਹੁਣ ਜੇ ਤੁਸੀਂ ਤੂੜੀ ਸਾਡੇ ਤੋਂ ਟੈਟੂ ਬਣਾਉਣ ਆ ਦੀ ਤੇ ਮਤਲਬ ਉਹ ਤੂੜੀ ਤਾਂ ਜਿੱਦਾਂ ਉਹਨੂੰ ਹੈ ਹੀ ਨਹੀਂ ਅਧੀ ਤਾਂ ਦੁਨੀਆਂ 'ਚ ਤੁਹਾਨੂੰ ਦਾ ਆਪਣੀ ਇੱਕ ਆਪਾਂ ਕਹਿੰਦੇ ਹਾਂ ਨਾ ਇੱਥੇ ਸੋਚ ਦਾ ਦਾਇਰਾ ਉਹਨਾਂ ਦੀ ਰੱਥੀ ਬੈਠੇ ਹਾਂ ਉਹਨੂੰ ਵੱਡਾ ਨਹੀਂ ਤਾਰ ਰਹੇ ਹਾਲਾਂਕਿ ਜੇ ਆਪਾਂ ਅਸੀਂ ਦੂਜੇ ਪਾਸੇ ਦੇਖੀਏ ਟਿੱਟੋ ਅਤੇ ਤੀਹ ਤੋਂ ਸੋਏ ਹੁੰਦਾ ਰਿਹਾ ਵਾ ਹੋਂ ਦਾ ਤਾਂ ਚਲੋ ਬੰਦ ਹੋ ਦੀ ਪਰ ਤਿੰਨਾਂ ਤੋਂ ਸੋਇਆ ਉਹਨੂੰ ਕੋਈ ਨਹੀਂ ਮਾੜਾ ਰਹਿੰਦਾ ਅਤੇ ਜੇ ਅਸੀਂ ਤੂੰ ਇੱਦਾਂ ਕੰਮ ਦਾ ਤੁਹਾਡੀ ਟੈਟੂ ਬਣਾਤਾ ਤਾਂ ਉਹ ਗਲਤ ਹੋ ਰਿਹਾ ਤਾਂ ਵਾ ਅਤੇ ਹੁਣ ਮੈਂ ਇੱਥੇ ਸੋਚ ਦੀ ਗੱਲ ਚੱਲਦਾ ਮੈਂ ਇੱਥੇ ਟੈਟੂ ਬਣਾਇਆ ਸੀਗਾ ਤੁਹਾਡਾ ਉਹਨੂੰ 2 ਦਿਨ ਲੱਗੇ ਸੀ ਟੈਟੂ ਨੂੰ ਬੜੀ ਬਰੀਤੀ ਨਾਲ ਅਤੇ ਬੜਾ ਡੀਪ ਟੈਟੂ ਸੀਗਾ ਹੈ ਨਾ ਜਿਹੜਾ ਪੂਰੀ ਮਿਹਨਤ ਨਾਲ ਬਣਾਇਆ ਅਤੇ ਪੋਸਟ ਪਾਈ ਮੈਨੂੰ ਸੀਧਾ ਜਿਹਾ ਲੋਕਾਂ ਨੂੰ ਪਸੰਦ ਆਊਗਾ ਲੋਕਾਂ ਨੇ ਉਹਨੂੰ ਬੜੇ ਕਮੈਂਟ ਦੇਣੇ ਆ ਬੜੇ ਲਾਈਕ ਦੇਣੇ ਆ ਇਹਨਾਂ ਦੀ ਇੰਨੀ ਮਿਹਨਤ ਦਿੱਤੀ ਆ ਟੈਟੂ ਦੇ ਟੈਟੂ ਨੂੰ 15-20 ਹਜ਼ਾਰ ਵਿਊ ਨਹੀਂ ਦਏ ਹੈ ਨਾ ਇੰਨਾ ਦੀ ਤੁਸ ਹੋਇਆ ਉਦੋਂ ਬਾਅਦ ਥੋੜ੍ਹੇ ਦਿਨਾਂ ਬਾਅਦ ਇੱਥੇ ਤੋੜੀ ਦੇਣਾ ਮੈਂ 3 ਬਣਾਇਆ ਸਿਰਫ ਇੱਥੇ ਛੋਟਾ 3 ਅਤੇ ਉਹ 2 ਲੱਖ ਪਲੱਸ ਪੋਸਟ ਨੂੰ ਵਿਊ ਦਏ ਹੋਏ ਆ ਇਹ ਤਾਂ ਤੈਨੂੰ ਅੱਧੋ ਲੋਕ ਕਹਿੰਦੇ ਜੀ ਤੁਹਾਡੀ ਮੈਂਟੈਲਿਟੀ ਹੈ ਨਾ ਮੈਂਟੈਲਿਟੀ ਨਹੀਂ ਮੈਂਟੈਲਿਟੀ ਤਾਂ ਵੀ ਲੋਕਾਂ ਦੀ ਆਪਦੀ ਮਾੜੀ ਆ ਲੋਕ ਭਾਲਦੇ ਉਹ ਤੁਸ ਅਤੇ ਜੱਜ ਦੂਜਿਆਂ ਨੂੰ ਕਰਦੇ ਆ ਇੱਕ ਬਾਈ ਮੈਂ ਇਹ ਵੀ ਪੁੱਛੂੰਗਾ ਸਵਾਲ ਵੀ ਜਿਹੜੀ ਆਪਾਂ ਜਦ ਟੈਟੂ ਬਣਾਉਂਦੇ ਹਾਂ ਨੀਡਲਸ ਤੁਸੀਂ ਯੂਜ਼ ਕਰਦੇ ਹੋ ਕਹਿੰਦੇ ਇਨਫੈਕਸ਼ਨਸ ਵੀ ਹੋ ਜਾਂਦੀਆਂ ਸਕਿਨ ਦੀਆਂ ਵੀਰੇ ਇੱਦਾਂ ਨਹੀਂ ਹੁੰਦੀ ਜੋ ਅਸੀਂ ਅਸੈਸਰੀ ਵਰਤਦੇ ਹਾਂ ਸਾਰੀ ਮੇਡ ਇਨ USA ਹੁੰਦੀ ਆ ਬਾਤੀ ਹੋ ਵਧੀਆ ਤੁਹਾਡੇ ਜਿੱਥੇ ਜਿਨ੍ਹਾਂ ਨੇ ਸਟਾਰਟਿੰਗ ਦਿੱਤੀ ਆ ਸਮਾਨ ਦੀ ਉਹ ਬੜੇ ਵਧੀਆ ਬ੍ਰਾਂਡ ਆ ਅਤੇ ਤੁਸੀਂ ਨੈੱਟ 'ਤੇ ਵੀ ਸਰਚ ਕਰਦੇ ਹੋ ਹੈ ਨਾ ਸਾਡੇ ਜਿਹੜੇ ਜੋ ਅਸੀਂ ਬ੍ਰਾਂਡ ਵਰਤਦੇ ਹਾਂ ਜੋ ਮੋਸਟਲੀ ਮੈਂ USA ਬ੍ਰਾਂਡ ਵਰਤਦੇ ਆ ਜੀ ਹਾਂ ਕਿਉਂਕਿ ਬਹੁਤ ਟਾਈਮ ਦਾ ਉਹਨਾਂ 1852 ਸਾਲ ਪੁਰਾਣੀਆਂ ਕੰਪਨੀਆਂ ਜਿਹੜੀਆਂ ਉਹ ਇੰਤਾਂ ਬਣਾ ਰਹੀਆਂ ਇੱਦਾਂ ਨਹੀਂ ਜੀ ਜਿਹੜੀ ਨਵੀਂ ਕੰਪਨੀ ਉੱਠੀ ਅਤੇ ਤਲ ਉਹਨੂੰ ਟੈਟੂ ਦੀਆਂ ਇੰਤਾਂ ਬਣਾਉਣ ਲੱਗ ਪਈ ਤਾਂ ਮੈਂ ਸਾਰਾ ਸਮਾਨ ਉਹੀ ਵਰਤਦਾ ਵਾਂ ਕਿਉਂਕਿ ਉਹਨਾਂ ਦਾ ਸਰਟੀਫਾਈਡ ਸਮਾਨ ਹੈ ਹਾਂਜੀ ਅਤੇ ਸਾਰੇ ਜਿੰਨੀਆਂ ਬਾਹਰ ਵੱਡੀਆਂ ਕਨਵੈਨਸ਼ਨ ਆਉਂਦੀਆਂ ਅਤੇ ਉਹੀ ਜੂਸ ਆਉਂਦੀਆਂ ਹੁਣ ਵਿੱਚ ਨਵੀਆਂ ਕੰਪਨੀਆਂ ਬੜੀਆਂ ਉੱਠੀਆਂ ਵਾਂ ਜਿਹੜੇ ਕਹਿੰਦੇ ਸਾਡੀਆਂ ਤੁਸੀਂ ਸਮਾਨ ਜੂਸ ਤੋਰੋ ਪਰ ਜੋ ਇਹਨਾਂ ਦੇ ਫੇਸ ਵੀਰੇ ਬਣਿਆ ਹੋਇਆ ਉਹਨਾਂ ਦੇ ਆ ਤਾਂ ਮੈਂ ਸਮਾਨ ਦੇ ਚੱਤੇ 'ਚ ਮੈਂ ਤਦੇ ਰੈਸਟ ਨਹੀਂ ਲੈਂਦਾ ਮੈਨੂੰ ਪਤਾ ਜਿਹਦੇ ਟੈਲੈਂਟ ਤੋਂ ਆਪਾਂ ਪੈਸੇ ਲੈ ਰਹੇ ਹਾਂ ਇਹ ਤਾਂ ਉਹਦੇ ਨਾਲ ਨਿਯਮ ਜੁੜਦਾ ਜੀ ਮੇਰਾ ਅਦੇ ਨਾ ਦਿਲ ਤੋਂ ਬਣਵਾਇਆ ਵਾ ਜੇ ਮਾੜੀ ਚੀਜ਼ ਯੂਜ਼ ਕਰੂਗਾ ਵੀਰੇ ਜਿਹੜੇ ਇੰਨੇ ਟਾਈਮ ਦਾ ਮਿਹਨਤ ਕਰ ਰਹੇ ਹਾਂ ਨਾ ਉਹ ਸਾਰਾ ਪਾਣੀ ਉਹਨੂੰ ਮਿੰਟ ਵੱਜਣਾ ਤਾਂ ਆਪਦੇ ਬਲੀ ਹੁੰਦਾ ਸੀ ਹਰੇਕ ਚੀਜ਼ ਅਤੇ ਪੈਸਾ ਭਾਵੇਂ ਜਿੰਨਾ ਮਰਜ਼ੀ ਲੱਗਦੇ ਪਰ ਚੀਜ਼ ਮਾੜੀ ਨਹੀਂ ਯੂਜ਼ ਕਰਨੀ ਇੱਕ ਬਾਈ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਵੀ ਆਰਟਿਸਟ ਗਿੱਲ ਕਿੰਨੇ ਵੱਡੇ ਵੱਡੇ ਟੈਟੂ ਬਣਾ ਚੁੱਕਿਆ ਬਾਹਾਂ ਆਪਾਂ ਦੇਖੇ ਨੇ ਪੂਰੇ ਸ਼ੋਲਡਰ 'ਤੇ ਬੈਕ 'ਤੇ ਚੈਸਟ 'ਤੇ ਆਰਟਿਸਟ ਗਿੱਲ ਨੇ ਖੁਦ ਕਿਉਂ ਨਹੀਂ ਇੰਨੇ ਟੈਟੂ ਬਣਾਏ ਵੀਰੇ ਮੈਂ ਹੈ ਨਾ ਟਵਿੱਟਰਸ ਬਹੁਤ ਤਗੜਾ ਮੈਨੂੰ ਕਹਿੰਦੇ ਮੈਨੂੰ ਮੇਰੇ ਨਾਲ ਦੇ ਕਹਿੰਦੇ ਤੂੰ ਬਹੁਤ ਨਗੋਚੀ ਆ ਹੈ ਨਾ ਮੈਂ ਹੈਦਾ ਵੀ ਹਾਂ ਮੈਂ ਮੰਨਦਾ ਮੈਂ ਆਹ ਚੀਜ਼ ਮੰਨਦਾ ਮੈਂ ਤੁਸੀਂ ਫਿਲਮ ਦੇਖਦੇ ਆਵਾਂ ਅਰੇ ਨੇ ਇੰਨੀ ਮਿਹਨਤ ਲਾਈ ਹੁੰਦੀ ਆ ਫਿਲਮ 'ਤੇ ਇੰਨਾ ਪੈਸਾ ਲੱਗ ਜਾਂਦਾ ਮੈਂ ਉਹਦੇ 'ਚ ਵੀ ਨਗੋਚਾਂ ਕੱਢ ਦਿੰਦਾ ਨਹੀਂ ਆਹ ਚੀਜ਼ ਇੱਥੋਂ ਇੱਦਾਂ ਹੋ ਸਕਦੀ ਸੀ ਨਹੀਂ ਤੁਸ ਵੀ ਆ ਉਹ ਇੱਥੇ ਤੁਹਾਡੇ ਕੁਦਰਤੀ ਜਦੋਂ ਤੁਹਾਡੇ ਦਿਮਾਗ ਵਿੱਚ ਇੱਕ ਆਰਟ ਵਾਲਾ ਤੀੜਾ ਹੁੰਦਾ ਤੁਸੀਂ ਹਰੇਕ ਚੀਜ਼ ਨੂੰ ਉਹ ਨੀਰਾ ਨਾਲ ਦੇਖਦੇ ਹੋ ਹੈ ਨਾ ਤਾਂ ਇੱਥੇ ਤੁਸੀਂ ਮੱਲੋ ਮੱਲੀ ਇੱਥੇ ਟਵਿੱਟਰਸ ਬਣ ਜਾਂਦੇ ਹੋ ਅਤੇ ਤੁਹਾਨੂੰ ਨਦੋਚਾਂ ਨਜ਼ਰ ਆਉਣ ਲੱਗ ਪੈਂਦੀਆਂ ਮੈਂ ਆਪਦੇ ਕੰਮ ਵਿੱਚ ਮੈਨੂੰ ਨਦੋਚ ਕੱਢਦਾ ਮੈਂ ਲੋਕਾਂ ਦੇ ਕੰਮ ਵਿੱਚ ਨਹੀਂ ਕੱਢਦਾ ਮੈਂ ਆਪਦਾ ਜਿਵੇਂ ਤੁਸੀਂ ਟੈਟੂ ਕਰਤਾ ਮੈਂ ਉਹਨੂੰ ਬਾਅਦ 'ਚ ਫੇਰ ਦੇਖਣਾ ਹਫ਼ਤੇ ਬਾਅਦ ਫੇਰ ਦੇਖਣਾ ਅਤੇ ਮੈਂ ਉਹਦੇ 'ਚ ਨਦੋਚਾਂ ਲੱਭਦਾ ਅਤੇ ਇਹਦੇ 'ਚ ਗਲਤੀ ਧੀ ਰਹਿਦੀ ਅਤੇ ਆਹ ਚੀਜ਼ ਮੈਂ ਇੱਦਾਂ ਕਰ ਸਕਦਾ ਸੀ ਕਿਉਂਕਿ ਐਟ ਅ ਟਾਈਮ ਆਪਾਂ ਨੂੰ ਨਹੀਂ ਪਤਾ ਚੱਲਦਾ ਫਿਰ ਉਹ ਆਪਾਂ ਹਫ਼ਤੇ 2 ਹਫ਼ਤੇ ਬਾਅਦ ਜਦੋਂ ਆਪਾਂ ਦੇਖਦੇ ਹਾਂ ਫ੍ਰੀ ਮਾਈਂਡ ਹੋਤੇ ਫਿਰ ਆਪਾਂ ਨੂੰ ਪਤਾ ਚੱਲਦਾ ਇਹਦੇ 'ਚ ਆਹ ਚੀਜ਼ ਮੈਸੇਜ ਰਹਿਦੀ ਆਹ ਮੈਂ ਤਾਂ ਨਹੀਂ ਸੀ ਉਹ ਜ਼ਰੂਰੀ ਵੀ ਆ ਕਿਉਂ ਅਤੇ ਜੇ ਤੁਸੀਂ ਆਪਦੇ ਕੰਮ ਤੋਂ ਸਿੱਖੋਦੇ ਨਹੀਂ ਤਾਂ ਤੁਸੀਂ ਸਮਝ ਲਓ ਅਤੇ ਤੁਸੀਂ ਉੱਥੇ ਖੜ੍ਹਦੇ ਜੇ ਤੁਹਾਨੂੰ ਕੰਮ 'ਚ ਗਲਤੀਆਂ ਨਹੀਂ ਨਜ਼ਰ ਆ ਰਹੀਆਂ ਨਾ ਆਪਦੇ ਕੰਮ 'ਚ ਜਾਂ ਕਿਸੇ ਦੇ ਕੰਮ 'ਚ ਸਮਝ ਲਓ ਤੁਹਾਡਾ ਦਿਮਾਗ ਉੱਥੇ ਖੜ੍ਹਦੇ ਤੁਸੀਂ ਅੱਧੇ ਨਹੀਂ ਵਧੇ ਤੁਸੀਂ ਅਪਰੂਵ ਨਹੀਂ ਦਿੱਤਾ ਤਾਂ ਉਹੀ ਚੀਜ਼ ਆ ਮੈਂ ਜੇ ਕਿਸੇ ਤੋਂ ਟੈਟੂ ਬਣਵਾਉਣਾ ਮੈਨੂੰ ਤੀਸਰੇ ਜਲਦੀ ਕੰਮ ਨਹੀਂ ਪਸੰਦ ਆਉਂਦਾ ਸ਼ੌਂਕ ਮੇਰਾ ਵੀ ਅਤੇ ਮੈਂ ਟੈਟੂ ਬਣਵਾਵਾਂ ਪਰ ਮੈਨੂੰ ਰੋਚੀ ਟਕੜਾ ਵਾਂ ਮੈਨੂੰ ਤੁਸੀਂ ਕੰਮ ਨਹੀਂ ਪਸੰਦ ਆਉਂਦਾ ਮੈਨੂੰ ਐਵੇਂ ਦੀ ਜੇ ਮੈਂ ਬਣਵਾ ਲਿਆ ਬਾਅਦ 'ਚ ਮੈਂ ਦੇਖੀ ਉਹਨੇ ਯਾਰ ਆਹ ਚੀਜ਼ ਐਵੇਂ ਤਾਨੀ ਸੀ ਉਹ ਕੀਤੀ ਨਹੀਂ ਤਾਂ ਫਿਰ ਮੈਨੂੰ ਆਪ ਸਹਿਜ ਚੜ੍ਹੀ ਜਾਣੀ ਮੈਂ ਇੱਕ ਮੇਨ ਰੀਜ਼ਨ ਮੇਰਾ ਆਹੀ ਆ ਨਾ ਬਣਾਉਂਦਾ
ਮੇਰੇ ਹੈ ਰਿਹਾ ਫੇਵਰੇਟ ਆਰਟਿਸਟ ਹੈ ਰਿਹਾ ਪਰ ਇੱਥੇ ਇੰਡੀਆ ਨਹੀਂ ਹੈ ਰਿਹਾ ਉਹ ਬਾਹਰ ਆ ਅਤੇ ਜੇ ਤੇ ਟਾਈਮ ਲੱਗਿਆ ਸਬੱਬ ਬਣਿਆ ਤਾਂ ਸ਼ਾਇਦ ਮੈਂ ਉਹਨਾਂ ਤੋਂ ਤੁਰਵਾਵਾਂ ਜਿਹੜੇ ਮੈਨੂੰ ਲੱਗਦਾ ਕਿ ਆਹ ਆਰਟਿਸਟ ਬਹੁਤ ਪਰਫੈਕਟ ਆਰਟਿਸਟ ਆ ਤਾਂ ਸ਼ਾਇਦ ਮੈਂ ਉਹਨਾਂ ਤੋਂ ਤੁਰਾਊਗਾ ਕਿਉਂਕਿ ਮੈਨੂੰ ਪਤਾ ਲਾਈਫ ਟਾਈਮ ਚੀਜ਼ ਰਹਿਣੀ ਆ ਬਿਲਕੁਲ ਮੈਂ ਕਹਿੰਦਾ ਮਾਲਕ ਤਰੱਕੀਆਂ ਬਖਸ਼ੇ ਤੁਸੀਂ ਜ਼ਰੂਰ ਮਿਲੋ ਉਹਨਾਂ ਨੂੰ ਅਤੇ ਮਾਲਕ ਹੋਰ ਤਰੱਕੀਆਂ ਅੱਛਾ ਤੁਹਾਨੂੰ ਠੀਕ ਹੋਵੇ ਵੀ ਤਾਂ ਹੋਵੇ ਜੇ ਜਲਦੀ ਮਿਲੀਏ ਇੱਕ ਗੱਲ ਜ਼ਰੂਰ ਪੁੱਛਣੀ ਚਾਹੂੰਗਾ ਜਿਵੇਂ ਕਈ ਕਹਿੰਦੇ ਸੀ ਮੈਂ ਪਹਿਲਾਂ ਵੀ ਗੱਲ ਕਰੀਏ ਵੀ ਕਰਨ ਔਜਲਾ ਬਾਈ ਵੀ ਤੁਹਾਨੂੰ ਤੁਹਾਡੇ ਕੋਲ ਆਏ ਆਰਟਿਸਟ ਮਤਲਬ ਕਿ ਇੱਥੋਂ ਕਰਾ ਕੇ ਗਏ ਨੇ ਟੈਟੂ ਕਰਾ ਗਏ ਨੇ ਬਾਈ ਤੋਂ ਬਾਅਦ ਹੋਰ ਕਿੰਨੇ ਕੁ ਆਰਟਿਸਟ ਨਵੇਂ ਆਏ ਨੇ ਤੁਹਾਡੇ ਕੋਲ ਟੈਟੂ ਕਾਫੀ ਆਰਟਿਸਟ ਹੁੰਦੇ ਆ ਹੈ ਨਾ ਅਤੇ ਆਪਣਾ ਥਾਨ ਵੀਰਾ ਹੁਣ ਰੀਸੈਂਟਲੀ ਬਣਾਉਂਦੇ ਹਟਿਆ ਥਾਂ ਪੈਣੀ ਅਤੇ ਹਿੰਮਤ ਸੰਧੂ ਵੀਰੇ ਬਣਾਇਆ ਨਵਿੰਦਰ ਸਿਦਾ ਅਤੇ ਕਾਫੀ ਆਰਟਿਸਟ ਅਤੇ ਜਿਨ੍ਹਾਂ ਨੇ ਉਦੋਂ ਬਾਅਦ ਬਣਵਾਇਆ ਟੈਟੂ ਅਤੇ ਵਧੀਆ ਭਰਾ ਅਤੇ ਪਿਆਰਾ ਸਾਰਿਆਂ ਨਾਲ ਆਪਣਾ ਇੰਡਸਟਰੀ 'ਚ ਆਲਮੋਸਟ ਸਾਰੇ ਭਰਾ ਹੀ ਜਾਣਦੇ ਆ ਅਤੇ ਥੋੜ੍ਹੇ ਦਿਨਾਂ ਦਾ ਸਿੱਪੀ ਵੀਰੇ ਦੇ ਵੀਰਾਂ ਨਾਲ ਆਪਾਂ ਟੈਟੂ ਅਤੇ ਬਸ ਟਾਈਮ ਨਹੀਂ ਦਿੱਤਾ ਜਾ ਰਿਹਾ ਮਤਲਬ ਕਿ ਬਹੁਤ ਬਿਜ਼ੀ ਸਕੇਜੂਲ ਚੱਲ ਰਿਹਾ ਹਾਂਜੀ ਤੇ ਮੈਂ ਇੱਥੇ ਤੁਹਾਡੀ ਧੰਨਵਾਦ ਵੀ ਕਰਦਾ ਤੁਸੀਂ ਇੰਨੇ ਬਿਜ਼ੀ ਸਕੇਜੂਲ 'ਚ ਸਾਨੂੰ ਸੈਵ ਟਾਈਮ ਦੇ ਨਹੀਂ ਕੋਈ ਚੱਕਰ ਨਹੀਂ ਮੈਂ ਤਾਂ ਹੀ ਸੁਣ ਤੇ ਮੈਂ ਤੁਹਾਡੇ ਟੈਟੂ ਮੈਂ ਦੋ ਤਿੰਨ ਵੇਰਾ ਤਾਂ ਫਰੀ ਹੋ ਜਾਣਾ ਅਤੇ ਉਦੋਂ ਬਾਅਦ ਮੇਰੀ ਆਤਮ ਇੱਥੇ ਦਾ ਇੰਚ ਇੱਥੇ ਟੈਟੂ ਚੱਲਦਾ ਜੀ ਅਤੇ ਮੈਂ ਉਹ ਆਤਮ ਨਹੀਂ ਚੱਲਦਾ ਜੀ ਇੱਥੇ ਟੈਟੂ ਦਿੱਤਾ ਬਾਅਦ ਲੋ ਫਾਹੇ ਵੱਡੇ ਦਾ ਆਤਮ ਨਹੀਂ ਇੱਥੇ ਤਾਂ ਨਾ ਤਸੱਲੀ ਨਾਲ ਤਾਂ ਨਾ ਭਾਵੇਂ ਉਹਨੂੰ ਤਿੰਨ ਘੰਟੇ ਲੱਗਦੇ ਹਨ ਭਾਵੇਂ ਉਹਨੂੰ ਲੱਗਦੇ ਹਨ 10 ਘੰਟੇ ਤਾਂ ਨਾ ਰੀਝ ਨਾਲ ਬਹੁਤ ਸੱਚੀ ਬਹੁਤ ਚੰਗਾ ਲੱਗਾ ਵੀਰੇ ਮਿਲ ਕੇ ਇਹ ਸੀਗੇ ਦੋਸਤੋ ਸਾਡੇ ਨਾਲ ਆਰਟਿਸਟ ਗਿੱਲ ਜਿਹੜੀ ਜਿਹੜੀ ਚੀਜ਼ਾਂ ਬਾਈ ਨੇ ਦੱਸੀਆਂ ਜਿਹੜੇ ਜਿਹੜੇ ਹੁਣ ਸਾਨੂੰ ਵਿਊਰ ਸਾਡੇ ਸੁਣ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਯੂਥ ਜਿਹੜਾ ਚਾਹੁੰਦਾ ਵੀ ਅਸੀਂ ਟੈਟੂ ਬਣਵਾਈਏ ਮੈਂ ਇਹ ਨਹੀਂ ਕਹੂੰਗਾ ਕਿ ਬਾਈ ਕੋਲ ਆਓ ਕਿਉਂਕਿ ਬਾਈ ਨੇ ਜਿਹੜੀ ਬਰੀਕੀਆਂ ਦੱਸੀਆਂ ਨੇ ਨਾ ਮੈਨੂੰ ਲੱਗਦਾ ਉਹਨੂੰ ਸੁਣ ਕੇ ਤੁਸੀਂ ਬਾਈ ਕੋਲ ਜ਼ਰੂਰ ਆਉਣਾ ਚਾਹੋਗੇ ਤੁਹਾਡਾ ਮਨ ਵੀ ਕਰੂਗੇ ਬਾਈ ਕੋਲ ਹੀ ਆਈਏ ਕਿਉਂਕਿ ਟੈਟੂ ਇੱਕ ਐਸੀ ਚੀਜ਼ ਆ ਉਮਰ ਭਰ ਤੁਹਾਡੇ ਨਾਲ ਰਹਿਣੀ ਹੈ ਇੱਕ ਜਿਵੇਂ ਬਾਈ ਗੱਲ ਕਰਦੇ ਹੁੰਦੇ ਨੇ ਵੀ ਅੰਗ ਹੈ ਇੱਕ ਅੰਗ ਦੀ ਤਰ੍ਹਾਂ ਹੀ ਤੁਹਾਡੀ ਪੂਰੀ ਜਦ ਤੱਕ ਤੁਸੀਂ ਇਹ ਦੁਨੀਆਂ ਤੋਂ ਜਾਂਦੇ ਨਹੀਂ ਜਦ ਤੱਕ ਤੁਹਾਡੇ ਨਾਲ ਰਹਿਣੀ ਹੈ ਕਿਉਂਕਿ ਇਸ ਚੀਜ਼ ਦਾ ਬਹੁਤ ਗੌਰ ਕਰਨ ਵਾਲੀ ਚੀਜ਼ ਹੈ ਅਤੇ ਬਾਈ ਇੱਕ ਵੰਸ ਅਗੇਨ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਮਿਲੇ ਬਹੁਤ ਚੰਗਾ ਲੱਗਾ ਮਿਲ ਕੇ ਸੋ ਦੋਸਤੋ ਐਸੇ ਹੀ ਹੋਰ ਫਨਕਾਰਾਂ ਨਾਲ ਆਰਟਿਸਟਾਂ ਨਾਲ ਤੁਹਾਡੀ ਮੁਲਾਕਾਤ ਸਮੇਂ ਸਿਰ ਬਾਅਦ ਕਰਾਉਂਦੇ ਰਹਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ ਅਤੇ ਵੇਖਦੇ ਰਹੋ ਜ਼ਿੰਦਾਬਾਦ ਚੈਨਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ